ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਬੱਚਿਓ, ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਪਲੱਸ 1 ਅਰਥ ਸ਼ਾਸਤਰ ਦੇ ਵਿਸ਼ੇ ਦੇ ਪ੍ਰਸ਼ਨ ਪੱਤਰ ਦੇ ਸਟਾਈਲ ਬਾਰੇ ਕਿ ਕਿਸ ਤਰ੍ਹਾਂ ਦਾ ਜਿਹੜਾ ਫਾਈਨਲ ਐਗਜ਼ਾਮ ਦੇ ਵਿੱਚ ਕਿਸ ਸਟਾਈਲ ਦਾ, ਕਿਸ ਬਣਤਰ ਦਾ ਪ੍ਰਸ਼ਨ ਪੱਤਰ ਆਵੇਗਾ, ਇਸ ਦੇ ਬਾਰੇ ਗੱਲਬਾਤ ਕਰਾਂਗੇ ਅਤੇ ਨਾਲ ਹੀ ਇੰਪੋਰਟੈਂਟ ਪ੍ਰਸ਼ਨਾਂ ਬਾਰੇ ਵੀ ਗੱਲਬਾਤ ਕਰਾਂਗੇ ਜਿਹੜੇ ਕਿ ਸਾਲਾਨਾ ਜਿਹੜੀ ਪ੍ਰੀਖਿਆ ਤੁਹਾਡੀ ਐਗਜ਼ਾਮੀਨੇਸ਼ਨ ਉਹਦੇ ਵਿੱਚ ਤੁਹਾਡੇ ਲਈ ਸਹਾਈ ਹੋ ਸਕੇ। ਅਤੇ ਗੱਲਬਾਤ ਕਰਨ ਵਾਸਤੇ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ। ਮੈਂ ਬਲਦੇਵ ਸਿੰਘ, ਲੈਕਚਰਾਰ ਇਕਨੋਮਿਕਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਅਤੇ ਮੇਰੇ ਨਾਲ ਨੇ ਮੈਡਮ ਗੁਰਸ਼ਰਨ ਕੌਰ ਜੀ, ਲੈਕਚਰਾਰ ਇਕਨੋਮਿਕਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਸੋਡੀਆਂ। ਸੋ ਅੱਜ ਅਸੀਂ ਅੱਜ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਜਿਹੜਾ ਕੁਐਸਚਨ ਪੇਪਰ ਦਾ ਸਟਰਕਚਰ ਕਿਸ ਤਰ੍ਹਾਂ ਦਾ ਹੋਵੇਗਾ, ਕਿਸ ਤਰ੍ਹਾਂ ਦੀ ਬਣਤਰ ਹੋਵੇਗੀ, ਤਾਂ ਕਿ ਵਿਦਿਆਰਥੀਆਂ ਨੂੰ ਫਾਈਨਲ ਪ੍ਰੀਖਿਆ ਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਕੋਈ ਵੀ ਕਨਫਿਊਜ਼ਨ ਨਾ ਹੋਵੇ, ਕੋਈ ਉਲਝਣ ਨਾ ਹੋਵੇ, ਅਤੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਵਿਦਿਆਰਥੀ ਤੁਸੀਂ ਆਪਣੇ ਪ੍ਰਸ਼ਨ ਪੱਤਰ ਜਿਹੜੇ ਆ ਉਹ ਹੱਲ ਕਰ ਸਕੋ। ਸੋ ਮੈਂ ਬੇਨਤੀ ਕਰਦਾ ਗੁਰਸ਼ਰਨ ਮੈਡਮ ਜੀ ਨੂੰ ਕਿ ਤੁਸੀਂ ਵਿਦਿਆਰਥੀਆਂ ਨੂੰ ਜਿਹੜਾ ਨਵਾਂ ਸਟਰਕਚਰ ਹੈ ਬੋਰਡ ਵੱਲੋਂ ਜੋ ਦੱਸਿਆ ਗਿਆ, ਨਿਰਧਾਰਿਤ ਕੀਤਾ ਗਿਆ, ਉਹਦੇ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿਓ। ਅਧਿਆਪਕ ਸਾਥੀਓ ਅਤੇ ਪਿਆਰੇ ਬੱਚਿਓ, ਅੱਜ ਆਪਾਂ ਚਰਚਾ ਕਰਾਂਗੇ ਸਾਡੇ ਨਵੇਂ ਪੇਪਰਾਂ ਦੇ ਵਿੱਚ ਅੰਕਾਂ ਦੀ ਵੰਡ ਕਿਸ ਤਰੀਕੇ ਦੀ ਹੈ। ਸੋ ਬੱਚਿਓ, ਜੇ ਤੁਸੀਂ ਧਿਆਨ ਨਾਲ ਦੇਖੋ, ਸਾਡਾ ਜਿਹੜਾ ਥਿਊਰੀ ਦਾ ਪੇਪਰ ਹੈ, ਜਿਹੜਾ ਤੁਹਾਡਾ ਲਿਖਤੀ ਪੇਪਰ ਹੈ, ਉਹ 80 ਅੰਕਾਂ ਦਾ ਹੋਵੇਗਾ। CCE ਜਿਹਦੇ ਵਿੱਚ ਮੁਲਾਂਕਣ ਹੁੰਦਾ ਤੁਹਾਡਾ ਸਾਰੇ ਸਾਲ ਦਾ, ਉਹ 10 ਅੰਕਾਂ ਦਾ ਹੋਵੇਗਾ। ਇੱਕ ਪ੍ਰੋਜੈਕਟ ਤੇ ਤੁਸੀਂ ਕੰਮ ਕੀਤਾ ਹੋਵੇਗਾ, ਉਹ ਪ੍ਰੋਜੈਕਟ ਵਰਕ ਜਿਹੜਾ 10 ਅੰਕ ਦਾ ਹੋਵੇਗਾ। ਸੋ ਟੋਟਲ ਤੁਹਾਡੇ ਨੰਬਰ ਹੋਣਗੇ 100 ਨੰਬਰ ਹੋਣਗੇ, ਪਰ ਤੁਹਾਡਾ ਲਿਖਤੀ ਪੇਪਰ ਬੱਚਿਓ 80 ਅੰਕਾਂ ਦਾ ਹੋਵੇਗਾ। ਹੁਣ ਉਹ 80 ਅੰਕਾਂ ਦੀ ਵੰਡ ਕਿਸ ਤਰੀਕੇ ਨਾਲ ਤੁਹਾਡੇ ਸਾਰੇ ਸਿਲੇਬਸ ਵਿੱਚ ਚੱਲਦੀ ਹੈ, ਉਹਦੇ ਬਾਰੇ ਆਪਾਂ ਦੇਖਾਂਗੇ। ਬੱਚਿਓ, ਤੁਹਾਡੇ ਜਿਹੜੇ ਕੁਐਸਚਨ ਪੇਪਰ ਹੋਏਗਾ, ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਭਾਗਾਂ ਵਿੱਚ ਵੰਡਿਆ ਹੋਏਗਾ। ਜਿਸ ਤਰ੍ਹਾਂ ਦੇ ਵਿੱਚ ਪਹਿਲਾ ਊੜਾ ਭਾਗ ਹੋਏਗਾ, ਉਹਦੇ ਵਿੱਚ ਓਬਜੈਕਟਿਵ ਟਾਈਪ ਕੁਐਸਚਨ ਆਨਸਰ ਹੋਣਗੇ। ਪ੍ਰਸ਼ਨਾਂ ਦੀ ਗਿਣਤੀ ਹੋਏਗੀ 10, ਹਰ ਭਾਗ 1 ਨੰਬਰ ਦਾ ਹੋਏਗਾ। ਸੋ ਟੋਟਲ ਅੰਕ ਹੋ ਗਏ ਤੁਹਾਡੇ 10। 5 ਕੁਐਸਚਨ ਇਸ ਭਾਗ ਦੇ ਵਿੱਚੋਂ, ਤੁਹਾਡੇ ਪਾਰਟ ਏ ਜਿਹੜਾ ਸਿਲੇਬਸ ਹੋਏਗਾ ਉਹਦੇ ਵਿੱਚੋਂ ਹੋਣਗੇ। 5 ਨੰਬਰਾਂ ਦਾ ਤੁਹਾਡੇ 5 ਕੁਐਸਚਨ ਪਾਰਟ ਬੀ ਦੇ ਵਿੱਚੋਂ ਹੋਣਗੇ। ਬੱਚਿਓ, ਇਹਦੇ ਵਿੱਚ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿੱਤੀ ਜਾਵੇ, ਜਿਹੜੇ 10 ਕੁਐਸਚਨ ਤੁਹਾਨੂੰ ਭਾਗ ਊੜੇ ਦੇ ਵਿੱਚ ਦਿੱਤੇ ਹੋਣਗੇ, ਉਹਦੇ ਵਿੱਚ ਤੁਹਾਡੇ ਜਿਹੜੇ ਕੁਐਸਚਨ ਹੋਣਗੇ ਉਹ ਇੱਕ ਸ਼ਬਦ ਤੋਂ ਲੈ ਕੇ ਇੱਕ ਸੈਂਟੈਂਸ ਤੱਕ ਹੋ ਸਕਦੇ ਆ। ਬੱਚਿਓ, ਉਹਦੇ ਵਿੱਚ ਫਿਲਅਪਸ ਹੋ ਸਕਦੇ ਆ, ਉਹਦੇ ਵਿੱਚ ਰਾਈਟ ਰੋਂਗ ਤੁਸੀਂ ਕਰ ਸਕਦੇ ਹੋ, ਉਹਦੇ ਵਿੱਚ ਤੁਸੀਂ ਜਿਹੜੇ ਮਲਟੀਪਲ ਚੋਇਸ ਕੁਐਸਚਨ ਵੀ ਹੋ ਸਕਦੇ ਆ। ਸੋ ਬੱਚਿਓ, ਪਹਿਲਾ ਕੁਐਸਚਨ ਸੀ ਤੁਹਾਡਾ 10 ਪ੍ਰਸ਼ਨਾਂ ਦਾ, ਹਰ ਇੱਕ ਪ੍ਰਸ਼ਨ ਦਾ 1 ਨੰਬਰ। ਜੇ ਆਪਾਂ ਭਾਗ ਐਡ ਵੱਲ ਚੱਲੀਏ, ਉਹਦੇ ਵਿੱਚ ਸਾਡੇ ਬਹੁਤ ਛੋਟੇ ਪ੍ਰਸ਼ਨ ਉੱਤਰ ਹੋਣਗੇ। ਕੁੱਲ ਪ੍ਰਸ਼ਨਾਂ ਦੀ ਗਿਣਤੀ ਹੋਏਗੀ 7, ਹਰ ਇੱਕ ਪ੍ਰਸ਼ਨ 2 ਨੰਬਰ ਦਾ ਹੋਏਗਾ। ਸੋ ਕੁੱਲ ਅੰਕ ਐਡਾ ਭਾਗ ਦੇ ਹੋ ਗਏ 14 ਅੰਕ ਹੋ ਗਏ। ਇਹਨਾਂ ਦੇ ਵਿੱਚੋਂ ਸਿਲੇਬਸ ਦੀ ਵੰਡ ਦੇ ਅਨੁਸਾਰ ਪਾਰਟ ਏ ਦੇ ਵਿੱਚੋਂ 3 ਤੇ ਪਾਰਟ ਬੀ ਦੇ ਵਿੱਚੋਂ 4 ਹੋਣਗੇ। ਇਹ ਚ ਆਪਸ਼ਨ ਕੋਈ ਨਹੀਂ ਹੋਵੇਗੀ? ਹਾਂਜੀ, ਜਿਹੜਾ ਇਹ ਬੱਚਿਓ ਨੋਟ ਕਰੋ, ਭਾਗ ਊੜਾ ਤੇ ਭਾਗ ਐੜਾ ਦੇ ਵਿੱਚ ਕੋਈ ਵੀ ਆਪਸ਼ਨ ਨਹੀਂ ਦਿੱਤੀ ਜਾਏਗੀ, ਤੁਹਾਨੂੰ ਜਾਂ ਵਾਲਾ ਕੁਐਸਚਨ ਨਹੀਂ ਹੋਏਗਾ। ਤੇ ਇੱਕ ਗੱਲ ਹੋਰ ਨੋਟ ਕਰੋ, ਜਿਹੜਾ ਇਹ ਭਾਗ ਐੜਾ ਦਾ ਇਹ ਪਾਰਟ ਦੇ 3 ਜਿਹੜੇ ਕੁਐਸਚਨ ਹੋਣਗੇ ਉਹ ਤੁਹਾਡੇ ਨੁਮੈਰੀਕਲ, ਜਿਹਨੂੰ ਆਪਾਂ ਸਟੈਟ ਪਾਰਟ ਕਰਦੇ, ਉਹਦੇ ਵਿੱਚ ਹੀ ਹੋਣਗੇ। ਇਸ ਤੋਂ ਜੇ ਅੱਗੇ ਚੱਲੀਏ, ਅੱਗੇ ਹੋਏਗਾ ਤੁਹਾਡੇ ਕੋਲ ਭਾਗ ਈਡੀ, ਉਹ ਸ਼ਾਰਟ ਕੁਐਸਚਨ ਆਨਸਰ ਹੁੰਦੇ ਆ। ਉਹ ਬੱਚਿਓ 8 ਪ੍ਰਸ਼ਨ ਹੋਣਗੇ। ਇਹਨਾਂ ਪ੍ਰਸ਼ਨਾਂ ਦੀ ਜਿਹੜੀ ਲੈਂਥ ਹੁੰਦੀ ਕੁਐਸਚਨ ਦੀ, ਉਹ 60 ਤੋਂ 70 ਵਰਡਸ ਦੀ ਹੁੰਦੀ ਹੈ। ਜਿਹੜਾ ਭਾਗ ਐੜਾ ਸੀ ਉਹਦੇ 'ਚ ਅਸੀਂ 30 ਤੋਂ 35 ਕਰ ਸਕਦੇ ਸੀਗੇ, ਭਾਗ ਈਡੀ ਦੇ ਵਿੱਚ ਹਰ ਕੁਐਸਚਨ ਦਾ ਉੱਤਰ ਅਸੀਂ ਜਿਹੜਾ ਹੈਗਾ 60 ਤੋਂ 70 ਵਰਡਾਂ ਸ਼ਬਦਾਂ ਦੇ ਵਿੱਚ ਦੇ ਸਕਦੇ ਹਾਂ। ਇੱਕ ਕੁਐਸਚਨ 4 ਅੰਕ ਦਾ ਹੋਏਗਾ। ਸੋ ਸਾਡੇ ਕੁੱਲ ਅੰਕ ਬਣ ਗਏ 32 ਸਿਲੇਬਸ ਦੇ ਵਿੱਚੋਂ। ਇਹ ਪਾਰਟ ਦੇ ਵਿੱਚੋਂ 5 ਦੇ ਵਿੱਚੋਂ ਤੁਸੀਂ 4 ਕੁਐਸਚਨ ਕਰੋਗੇ, ਜਿਨ੍ਹਾਂ ਵਿੱਚੋਂ 3 ਨੁਮੈਰੀਕਲਸ ਹੋਣਗੇ, ਜਦਕਿ ਬੀ ਪਾਰਟ ਦੇ ਵਿੱਚੋਂ 7 ਵਿੱਚੋਂ ਤੁਸੀਂ ਕੋਈ 4 ਪ੍ਰਸ਼ਨ ਕਰੋਗੇ। ਜੇ ਭਾਗ ਸੱਸਾ ਦੇ ਜਾਈਏ ਆਪਾਂ, ਸੱਸਾ ਭਾਗ ਦੇ ਵਿੱਚ ਤੁਹਾਡੇ ਲੰਬੇ ਪ੍ਰਸ਼ਨ ਉੱਤਰ ਤੁਸੀਂ ਲਿਖੋਗੇ, ਜਿਨ੍ਹਾਂ ਦੇ ਉੱਤਰ ਸਾਡੇ ਲਗਭਗ 150 ਤੋਂ ਲੈ ਕੇ 200 ਸ਼ਬਦਾਂ ਤੱਕ ਹੋਣਗੇ।
कुल 4 प्रश्न दिते जाणगे, जिन्हां दे विच हर एक प्रश्न 6 नंबर दा होएगा, सो कुल अंक साडे 24 हो गए। पार्ट ए दे विचों 4, पार्ट बी दे विचों 4, ए दे विचों भी 2 करोंगे ते बी विचों भी 2 करोंगे। ए पार्ट दे विचों एक प्रश्न तुहाडा न्यूमेरिकल सा होएगा, कंपलसरी होएगा, जरूरी होएगा, कंपलसरी होएगा। ਇਹਦੇ ਵਿੱਚ ਤੁਹਾਨੂੰ ਆਪਸ਼ਨ ਦਿੱਤੀ ਜਾਵੇਗੀ, ਭਾਗ ਈੜੀ ਦੇ ਵਿੱਚ ਵੀ ਤੇ ਭਾਗ ਸੱਸਾ ਦੇ ਵਿੱਚ ਵੀ ਜਾਂ ਵਾਲੇ ਪ੍ਰਸ਼ਨ ਹੋਣਗੇ ਤੁਹਾਡੇ। ਸੋ ਬੱਚਿਓ, ਇਹ ਸੀ ਸਾਡੇ ਕਿ ਕਿਸ ਤਰੀਕੇ ਦਾ ਸਾਡਾ ਪ੍ਰਸ਼ਨ ਪੇਪਰ ਆਏਗਾ, ਸਾਨੂੰ ਅਸੀਂ ਕਿਸ ਤਰੀਕੇ ਦੇ ਸਾਡੇ ਵਿੱਚ ਪ੍ਰਸ਼ਨ ਹੋਣਗੇ, ਅਸੀਂ ਆਪਣੀ ਤਿਆਰੀ ਕਿਸ ਤਰੀਕੇ ਨਾਲ ਕਰਕੇ ਉਹਨਾਂ ਨੂੰ ਹੱਲ ਕਰਨਾ ਤੇ ਵੱਧ ਤੋਂ ਵੱਧ ਨੰਬਰ ਲੈਣੇ ਆ। ਸੋ ਸਰ, ਹੁਣ ਤੁਸੀਂ ਆਪਾਂ ਗੱਲਾਂ ਇਹਨਾਂ ਨਾਲ ਕਰੀਏ ਕਿ ਕਿਹੜੇ ਕਿਹੜੇ ਪ੍ਰਸ਼ਨ ਕੀਤੇ ਜਾ ਸਕਦੇ ਆ। ਜਾਂ ਹਾਂਜੀ ਪਿਆਰੇ ਬੱਚਿਓ, ਇੰਪੋਰਟੈਂਟ ਕੁਐਸਚਨ ਜਿਹੜੇ ਆ, ਵੈਸੇ ਤਾਂ ਤੁਹਾਡੇ ਅਧਿਆਪਕ ਸਾਹਿਬਾਨ ਨੇ ਵੀ ਤੁਹਾਨੂੰ ਇਹਦੇ ਬਾਰੇ ਦੱਸਿਆ ਹੀ ਹੋਵੇਗਾ ਪਹਿਲਾਂ ਕਿ ਕਿਹੜੇ ਕੁਐਸਚਨਾਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈਗੀ ਆ। ਅਸੀਂ ਸਾਰਾ ਜਿਹੜਾ ਸਿਲੇਬਸ ਆ ਉਹਦੇ ਵਿੱਚੋਂ ਉਹਨਾਂ ਕੁਐਸਚਨਾਂ ਦੇ ਵੱਲ ਥੋੜ੍ਹਾ ਧਿਆਨ ਦਵਾਵਾਂਗੇ, ਦਵਾਉਣਾ ਚਾਹਾਂਗੇ, ਜਿਹੜੇ ਇੰਪੋਰਟੈਂਟ ਹੋਣਗੇ ਪ੍ਰੀਖਿਆ ਦੇ ਪੱਖ ਤੋਂ, ਤੁਹਾਨੂੰ ਜਿਹੜੇ ਆ ਉਹ ਤੁਹਾਨੂੰ ਜਿਹੜੀ ਆ ਪ੍ਰਸ਼ਨ ਪੱਤਰ ਦੇ ਵਿੱਚ ਕਰਨ ਵਾਸਤੇ ਤੁਹਾਨੂੰ ਉਹ ਕਹੇ ਜਾ ਸਕਦੇ ਆ। ਸੋ ਪਹਿਲਾ ਚੈਪਟਰ ਜੋ ਹੈ ਉਹ ਹੈ ਅਰਥ ਸ਼ਾਸਤਰ, ਇੱਕ ਜਾਣ ਪਹਿਚਾਣ। ਤਾਂ ਇਹਦੇ ਵਿੱਚੋਂ ਛੋਟੇ ਕੁਐਸਚਨ ਵੀ ਆ ਸਕਦੇ ਆ, ਜਿਵੇਂ ਪਰਿਭਾਸ਼ਾ ਹੈ, ਇੱਕ ਅਰਥ ਸ਼ਾਸਤਰ ਦਾ ਵਿਸ਼ਾ ਸਮੱਗਰੀ ਕੀ ਆ, ਜਾਂ ਇਹ ਅਰਥ ਸ਼ਾਸਤਰ ਕਲਾ ਹੈ ਜਾਂ ਵਿਗਿਆਨ ਹੈ, ਅਤੇ ਅਰਥ ਸ਼ਾਸਤਰ ਦਾ ਮਹੱਤਵ ਕੀ ਹੈ। ਇਸ ਤਰ੍ਹਾਂ ਦੇ ਛੋਟੇ ਛੋਟੇ ਕੁਐਸਚਨ ਜਿਹੜੇ ਆ ਉਹ ਤੁਹਾਨੂੰ ਪੁੱਛੇ ਜਾ ਸਕਦੇ ਆ। ਉਸ ਤੋਂ ਬਾਅਦ ਦੂਸਰਾ ਚੈਪਟਰ ਜਿਹੜਾ, ਕਿਉਂਕਿ ਪਾਰਟ ਏ ਜਿਹੜਾ ਉਹ ਸਟੈਟ ਦੇ ਨਾਲ ਹੀ ਸੰਬੰਧਿਤ ਹੈਗਾ, ਤਾਂ ਇਸ ਤੋਂ ਹੀ ਜਿਹੜੀ ਸੰਖਿਆਕੀ ਉਹ ਸ਼ੁਰੂ ਹੋ ਜਾਂਦੀ ਆ। ਅਰਥ ਸ਼ਾਸਤਰ ਇਹਦਾ ਖੇਤਰ ਅਤੇ ਮਹੱਤਵ ਅਤੇ ਇਹਦੀ ਜਿਹੜੀ ਆ ਅਰਥ ਸ਼ਾਸਤਰ ਦੇ ਵਿੱਚ ਸੰਖਿਆਕੀ ਦੀ ਪਹਿਲਾਂ ਤਾਂ ਪਰਿਭਾਸ਼ਾ, ਫਿਰ ਇੱਕ ਵਚਨ ਅਰਥ ਸ਼ਾਸਤਰ ਸਟੈਟਿਕਸ ਅਤੇ ਬਹੁ ਵਚਨ ਜਿਹੜੇ ਅੰਕੜੇ ਆ ਉਹ ਕੀ ਹੁੰਦੇ ਆ, ਅਤੇ ਇਹਦੇ ਬਾਰੇ ਕੁਐਸਚਨ ਪੁੱਛਿਆ ਜਾ ਸਕਦਾ। ਜਾਂ ਜਿਹੜੀਆਂ ਸੰਖਿਆਕੀ ਦੀਆਂ ਜੋ ਵਿਧੀਆਂ ਨੇ ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਅਵਸਥਾਵਾਂ ਦੇ ਵਿੱਚ ਉਹਨਾਂ ਜਿਹੜੀਆਂ ਉਹ ਅਪਣਾਈਆਂ ਜਾਂਦੀਆਂ। ਫਿਰ ਸੰਬੰਧਿਤ ਉਪਕਰਨ ਜਿਹੜੇ ਜਿਹੜੀਆਂ ਵਿਧੀਆਂ ਦੇ ਨਾਲ ਉਹਨਾਂ ਦੀ ਵਰਤੋਂ ਕਰਕੇ ਅਤੇ ਜਿਹੜੇ ਸਿੱਟੇ ਆ ਉਹ ਕੱਢੇ ਜਾਂਦੇ ਆ, ਅਤੇ ਉਸ ਤੋਂ ਬਾਅਦ ਹੋਏਗਾ ਕਿ ਸੰਖਿਆਕੀ ਦੀ ਮਹੱਤਤਾ ਕੀ ਆ ਅਰਥ ਸ਼ਾਸਤਰ ਦੇ ਵਿੱਚ। ਅਗਲੇ ਚੈਪਟਰ ਦੇ ਵਿੱਚ ਅਸੀਂ ਅੰਕੜਿਆਂ ਨੂੰ ਇਕੱਠਾ ਕਰਨ ਬਾਰੇ ਜਿਹੜਾ ਉਹ ਪੜ੍ਹਦੇ ਹਾਂ। ਤਾਂ ਇਹਦੇ 'ਚ ਜਿਹੜੇ ਇੰਪੋਰਟੈਂਟ ਕੁਐਸਚਨ ਉਹ ਬਣਦੇ ਆ ਕਿ ਅੰਕੜਿਆਂ ਦੇ ਸੋਮੇ ਕਿਹੜੇ ਕਿਹੜੇ ਆ, ਕਿ ਕਿੱਥੋਂ ਅੰਕੜੇ ਜਿਹੜੇ ਉਹ ਇਕੱਠੇ ਕੀਤੇ ਜਾਂਦੇ ਆ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇੱਕ ਮੁੱਢਲੇ ਅੰਕੜੇ ਹੁੰਦੇ ਆ ਤਾਂ ਇੱਕ ਗੌਣ ਅੰਕੜੇ ਹੁੰਦੇ ਆ। ਮੁੱਢਲੇ ਅੰਕੜੇ ਜਿਹੜੇ ਜਿਹੜਾ ਖੋਜ ਕਰਤਾ ਖੁਦ ਇਕੱਤਰ ਕਰਦਾ ਉਹ ਮੁੱਢਲੇ ਅੰਕੜੇ ਹੋ ਗਏ, ਅਤੇ ਗੌਣ ਅੰਕੜੇ ਜਿਹੜੇ ਕਿਸੇ ਹੋਰ ਸੰਸਥਾ ਦੇ ਜਾਂ ਵਿਅਕਤੀ ਦੇ ਜਿਹੜੇ ਅੰਕੜੇ ਇਕੱਠੇ ਕੀਤੇ ਹੋਏ ਆ ਉਹਨਾਂ ਦੀ ਵਰਤੋਂ ਕਰਕੇ ਕੋਈ ਸਿੱਟੇ ਕੱਢੇ ਜਾਂਦੇ ਆ। ਤਾਂ ਇਸ ਤਰ੍ਹਾਂ ਦਾ ਇਹਨਾਂ ਦਾ ਅੰਤਰ ਜਿਹੜਾ ਤੁਹਾਨੂੰ ਪ੍ਰੀਖਿਆ ਦੇ ਵਿੱਚ ਪੁੱਛਿਆ ਜਾ ਸਕਦਾ। ਉਸ ਤੋਂ ਅਗਲਾ ਬਹੁਤ ਹੀ ਇੰਪੋਰਟੈਂਟ ਸਟੈਟ ਦੇ ਵਿੱਚ ਵੀ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਇਹ ਵਿਸ਼ਾ ਹੈ ਕਿ ਜਿਹੜੀ ਕੋਈ ਵੀ ਜੋ ਅਸੀਂ ਖੋਜ ਕਰਨੀ ਆ ਤਾਂ ਉਸ ਦੀ ਸਾਨੂੰ ਪਹਿਲਾਂ ਕੁਐਸਚਨੇਅਰ ਤਿਆਰ ਕਰਨਾ ਪੈਂਦਾ, ਉਸ ਦੀ ਪ੍ਰਸ਼ਨਾਵਲੀ ਤਿਆਰ ਕਰਨੀ ਪੈਂਦੀ ਆ। ਤਾਂ ਖੋਜ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਹੀ ਜਿਹੜਾ ਸਟੈਪ ਤੋਂ ਸ਼ੁਰੂ ਹੁੰਦਾ ਖੋਜ ਦਾ ਕਾਰਜ। ਇਸ ਲਈ ਇਹ ਪ੍ਰਸ਼ਨ ਜਿਹੜਾ ਬਹੁਤ ਹੀ ਇੰਪੋਰਟੈਂਟ ਆ ਕਿ ਪ੍ਰਸ਼ਨਾਵਲੀ ਦਾ ਨਿਰਮਾਣ ਕਿਸ ਤਰ੍ਹਾਂ ਕਰਨਾ, ਇਹਦੇ 'ਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਆ, ਕਿ ਬੱਚਿਆਂ ਵੱਲੋਂ ਜਾਂ ਖੋਜਕਰਤਾ ਵੱਲੋਂ ਜੋ ਜਿਹੜੀ ਖੋਜ ਕੀਤੀ ਜਾਣੀ ਆ ਉਹਦੇ 'ਚ ਜਿਹੜੇ ਅੰਕੜੇ ਇਕੱਠੇ ਕੀਤੇ ਜਾਣੇ ਆ ਉਹ ਪ੍ਰਸ਼ਨਾਂ ਦੇ ਰੂਪ ਵਿੱਚ ਵੀ ਹੋ ਸਕਦੇ ਆ। ਤਾਂ ਉਹ ਪ੍ਰਸ਼ਨ ਕਿਸ ਤਰ੍ਹਾਂ ਦੇ ਹੋਣਗੇ, ਉਹਨਾਂ ਦੇ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਆ। ਜਿਵੇਂ ਪ੍ਰਸ਼ਨਾਂ ਦੀ ਸੰਖਿਆ ਜਿਹੜੀ ਆ ਉਹ ਬੜੀ ਸੀਮਿਤ ਹੀ ਹੋਣੀ ਚਾਹੀਦੀ ਆ, ਜ਼ਿਆਦਾ ਨਹੀਂ ਹੋਣੀ ਚਾਹੀਦੀ। ਫਿਰ ਉਹਨਾਂ 'ਚ ਸਰਲਤਾ ਹੋਣੀ ਚਾਹੀਦੀ ਆ, ਸੌਖੇ ਹੋਣੇ ਚਾਹੀਦੇ ਆ ਤਾਂ ਕਿ ਜਿਹੜਾ ਜਵਾਬ ਦੇਣ ਵਾਲਾ ਹੈ ਉਹ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕੇ, ਸੌਖਿਆਂ ਸਮਝ ਸਕੇ। ਫਿਰ ਉਹ ਉਚਿਤ ਕ੍ਰਮ ਦੇ ਵਿੱਚ ਹੋਣੇ ਚਾਹੀਦੇ ਆ ਕਿ ਜਿਹੜੇ ਉਹਨਾਂ ਸੀਰੀਅਲ ਵਾਈਜ਼ ਜਿਹੜਾ ਕੁਐਸਚਨ ਪੁੱਛਦੇ ਪੁੱਛਦੇ ਲੜੀ ਜਿਹੜੀ ਆ ਉਹ ਬਣਨੀ ਚਾਹੀਦੀ ਆ, ਉੱਗੜ ਦੁੱਗੜੇ ਕੁਐਸਚਨ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ। ਫਿਰ ਉਚਿਤ ਪ੍ਰਸ਼ਨ ਪੁੱਛਣੇ ਚਾਹੀਦੇ ਆ, ਢੁੱਕਵੇਂ ਪ੍ਰਸ਼ਨ ਪੁੱਛਣੇ ਚਾਹੀਦੇ ਆ। ਇਹ ਨਹੀਂ ਕਿ ਸਾਡੀ ਖੋਜ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਾ ਹੋਵੇ। ਤਾਂ ਇਸ ਤਰ੍ਹਾਂ ਦੀ ਪ੍ਰਸ਼ਨਾਵਲੀ ਜਿਹੜੀ ਆ ਹੋਣੀ ਚਾਹੀਦੀ ਆ ਜਿਹਦੇ 'ਚ ਉਚਿਤ ਪ੍ਰਸ਼ਨ ਢੁੱਕਵੇਂ ਪ੍ਰਸ਼ਨ ਜਿਹੜੇ ਆ ਉਹ ਪੁੱਛੇ ਜਾਣ। ਫਿਰ ਉਹ ਪੱਖਪਾਤ ਤੋਂ ਰਹਿਤ ਹੋਣੇ ਚਾਹੀਦੇ ਆ ਉਹ ਪ੍ਰਸ਼ਨਾਵਲੀ। ਫਿਰ ਗਣਨਾ ਜੇ ਉਹਦੇ 'ਚ ਕੈਲਕੂਲੇਸ਼ਨ ਕਰਨ ਦੀ ਜ਼ਰੂਰਤ ਨਾ ਪਵੇ, ਇਹ ਨਾ ਹੋਵੇ ਕਿ ਜਵਾਬ ਦੇਣ ਵਾਲੇ ਨੂੰ ਆਪਣੇ ਕੋਲ ਕੈਲਕੂਲੇਟਰ ਰੱਖਣਾ ਪਵੇ ਤਾਂ ਉਹ ਸਵਾਲ ਕੈਲਕੂਲੇਟਰ ਦੇ ਨਾਲ ਜ਼ੋਰ ਘਟਾਓ ਕਰਕੇ ਤੁਹਾਨੂੰ ਤੁਹਾਡੇ ਜਿਹੜੇ ਉਹ ਜਵਾਬ ਦੇਵੇ। ਇਹ ਕੰਮ ਖੋਜਕਰਤਾ ਦਾ ਕਰਨ ਦਾ ਹੈ, ਇਹ ਜਵਾਬ ਦੇਣ ਵਾਲੇ ਦਾ ਨਹੀਂ ਹੈ। ਤਾਂ ਫਿਰ ਸੱਚਾਈ ਦੀ ਪਰਖ ਹੋ ਸਕਦੀ ਹੋਵੇ ਜਿਹੜੇ ਵੀ ਕੁਐਸਚਨ ਜਿਹੜੇ ਪ੍ਰਸ਼ਨਾਵਲੀ। ਤਾਂ ਇਹ ਵੈਰੀ ਇੰਪੋਰਟੈਂਟ ਕੁਐਸਚਨ ਸੀ, ਇਸ ਕਰਕੇ ਤੁਹਾਡੇ ਨਾਲ ਡਿਟੇਲ 'ਚ ਇਹਦੇ ਬਾਰੇ ਗੱਲ ਕੀਤੀ ਹੈ।
ਤੇ ਅਗਲਾ ਚੈਪਟਰ ਜਿਹੜਾ ਸਾਡੇ ਕੋਲ ਹੈਗਾ ਉਹ ਹੈਗਾ ਜਨਗਣਨਾ ਅਤੇ ਨਮੂਨਾ ਵਿਧੀਆਂ। ਜਦੋਂ ਅਸੀਂ ਅੰਕੜੇ ਇਕੱਠੇ ਕਰਨੇ ਆ ਤਾਂ ਕਿਹੜੀਆਂ ਕਿਹੜੀਆਂ ਵਿਧੀਆਂ ਜਿਹੜੀਆਂ ਉਹ ਅਪਣਾਉਣੀਆਂ, ਜਿਵੇਂ ਜਨਗਣਨਾ ਵਿਧੀ ਹੈ ਅਤੇ ਇੱਕ ਹੈ ਨਮੂਨਾ ਵਿਧੀ। ਜਨਗਣਨਾ ਹੈਗੀ ਆ ਕਿ ਅਸੀਂ ਜਦੋਂ ਸਾਰੀਆਂ ਹੀ ਮਦਾਂ ਤੋਂ ਅੰਕੜੇ ਇਕੱਠੇ ਕਰਦੇ ਹਾਂ ਤਾਂ ਉਹ ਜਨਗਣਨਾ ਹੋ ਗਈ। ਤਾਂ ਇਹਦੇ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਆ ਜਨਗਣਨਾ ਦੇ ਵਿੱਚ, ਜਿਵੇਂ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਪਰਿਭਾਸ਼ਾ ਹੈ ਇਹਦੀ, ਪਹਿਲਾਂ ਦੱਸਣੀ ਆਪਾਂ ਜਨਗਣਨਾ ਕਿਸ ਨੂੰ ਕਹਿੰਦੇ ਆ, ਜਨਗਣਨਾ ਵਿਧੀ। ਫਿਰ ਇਹ ਭਰੋਸੇਯੋਗ ਅਤੇ ਸ਼ੁੱਧ ਹੋਣੀ ਚਾਹੀਦੀ ਆ, ਪੱਖਪਾਤ ਦੀ ਇਹਦੇ 'ਚ ਘੱਟ ਸੰਭਾਵਨਾ ਹੋਣੀ ਚਾਹੀਦੀ ਆ, ਇਹ ਵਿਸਤ੍ਰਿਤ ਜਾਣਕਾਰੀ ਹੋਣੀ ਚਾਹੀਦੀ ਆ, ਵਿਸਥਾਰ ਦੇ ਵਿੱਚ ਜਾਣਕਾਰੀ ਹੋਣੀ ਚਾਹੀਦੀ ਆ ਜਿਹ ਤੋਂ ਅਸੀਂ ਸਿੱਟੇ ਕੱਢਣੇ ਆ। ਫਿਰ ਇਹ ਵੱਖ ਵੱਖ ਵਿਸ਼ੇਸ਼ਤਾਵਾਂ ਵਾਲੀਆਂ ਜਿਹੜੀਆਂ ਮਦਾਂ ਉਹਦੇ ਵਿੱਚ ਹੋਣੀਆਂ ਚਾਹੀਦੀਆਂ, ਅਤੇ ਖੋਜ ਦਾ ਸਰੂਪ ਜਿਹੜਾ ਉਹ ਵੀ ਸਾਡਾ ਜੇ ਮਤਲਬ ਕਿ ਨਿਰਭਰ ਕਰਦਾ ਇਸ ਗੱਲ ਦੇ ਉੱਤੇ ਕਿ ਜੇ ਬਹੁਤ ਵੱਡਾ ਸਰੂਪ ਹੋਵੇਗਾ ਤਾਂ ਉੱਥੇ ਅਸੀਂ ਜਨਗਣਨਾ ਵਿਧੀ ਨਹੀਂ ਅਪਣਾ ਸਕਾਂਗੇ, ਛੋਟਾ ਹੋਏਗਾ ਤਾਂ ਅਸੀਂ ਹਰ ਇੱਕ ਮਦ ਤੋਂ ਅੰਕੜੇ ਇਕੱਠੇ ਕਰ ਸਕਾਂਗੇ। ਇਸੇ ਤਰ੍ਹਾਂ ਹੀ ਜਿਹੜੀ ਉਹ ਅਪ੍ਰਤੱਖ ਜਾਂਚ, ਸਾਨੂੰ ਅੰਕੜੇ ਇਕੱਠੇ ਕਰਦਿਆਂ ਕਰਦਿਆਂ ਸਾਨੂੰ ਹੋਰ ਵੀ ਕਈ ਗੱਲਾਂ ਦੀ ਜਾਣਕਾਰੀ ਜਿਹੜੀ ਉਹ ਮਿਲਣੀ ਚਾਹੀਦੀ ਆ ਉਹਦੇ ਤੋਂ। ਤਾਂ ਜਿਵੇਂ ਬੇਰੁਜ਼ਗਾਰੀ ਹੈ ਕਿ ਜਦੋਂ ਅਸੀਂ ਅੰਕੜੇ ਇਕੱਠੇ ਕਰਦੇ ਹਾਂ ਕਿਸੇ ਪਰਿਵਾਰ ਬਾਰੇ ਤਾਂ ਸਾਨੂੰ ਇਹ ਵੀ ਪਤਾ ਲੱਗ ਜਾਣਾ ਚਾਹੀਦਾ ਉਹਦੇ ਵਿੱਚੋਂ ਹੀ, ਡਾਇਰੈਕਟ ਪ੍ਰਸ਼ਨ ਭਾਵੇਂ ਨਾ ਹੀ ਪੁੱਛਿਆ ਜਾਵੇ ਪਰ ਸਾਨੂੰ ਜਦੋਂ ਅਸੀਂ ਕਿੱਤਿਆਂ ਬਾਰੇ ਪੁੱਛ ਲਿਆ ਤਾਂ ਜੇ ਨਹੀਂ ਲੱਗਾ ਤਾਂ ਇਹਦਾ ਮਤਲਬ ਉੱਥੇ ਬੇਰੁਜ਼ਗਾਰੀ ਹੈ। ਤਾਂ ਇਸੇ ਤਰ੍ਹਾਂ ਭ੍ਰਿਸ਼ਟਾਚਾਰ ਬਾਰੇ ਵੀ ਸਾਨੂੰ ਜਿਹੜੀ ਹੈ ਇਨਡਾਇਰੈਕਟਲੀ ਜਾਣਕਾਰੀ ਜਿਹੜੀ ਉਹ ਮਿਲਣੀ ਚਾਹੀਦੀ ਉਹਨਾਂ ਦੇ ਵਿੱਚੋਂ। ਉਸ ਤੋਂ ਬਾਅਦ ਇਹਦੇ ਔਗਣ ਵੀ ਆ ਜਨਗਣਨਾ ਵਿਧੀ ਦੇ ਕਿ ਇਹ ਖਰਚੀਲੀ ਬਹੁਤ ਆ, ਕਿਉਂਕਿ ਜੇ ਮਦਾਂ ਜ਼ਿਆਦੀਆਂ ਹੋਣਗੀਆਂ ਤਾਂ ਫਿਰ ਉਹਨਾਂ ਹਰੇਕ ਤੋਂ ਅੰਕੜੇ ਇਕੱਠੇ ਕਰਨ ਦੇ ਉੱਤੇ ਸਾਨੂੰ ਬਹੁਤ ਜ਼ਿਆਦਾ ਜਿਹੜੀ ਉਹ ਮਨੁੱਖੀ ਸ਼ਕਤੀ ਚਾਹੀਦੀ ਆ, ਬਹੁਤ ਜ਼ਿਆਦਾ ਸਾਨੂੰ ਜਿਹੜਾ ਮਟੀਰੀਅਲ ਚਾਹੀਦਾ, ਤਾਂ ਇਹ ਬਹੁਤ ਖਰਚੀਲੀ ਵਿਧੀ ਆ। ਫਿਰ ਇਹ 'ਤੇ ਵੱਧ ਮਨੁੱਖੀ ਸ਼ਕਤੀ ਦੀ ਲੋੜ ਪੈਂਦੀ ਆ, ਅਤੇ ਜਦੋਂ ਅਨਿਸ਼ਚਿਤ ਸਮੱਗਰੀ ਹੁੰਦੀ ਆ ਮਤਲਬ ਕਿ ਸਮੱਗਰ ਹੁੰਦਾ ਜਦੋਂ ਉਦੋਂ ਇੱਥੇ ਇਹਦੀ ਵਰਤੋਂ ਜਿਹੜੀ ਉਹ ਕਰਨੀ ਢੁਕਵੀਂ ਨਹੀਂ ਹੈ। ਜਿਵੇਂ 4-5 ਸਟੇਟਸ ਰਾਜਾਂ ਦਾ ਜੇ ਅੰਕੜੇ ਅਸੀਂ ਇਕੱਠੇ ਕਰਨੇ ਆ ਤਾਂ ਫਿਰ ਅਸੀਂ ਹਰ ਇੱਕ ਮਦ ਤੋਂ ਅੰਕੜੇ ਜਿਹੜੇ ਉਹ ਇਕੱਠੇ ਨਹੀਂ ਕਰ ਸਕਦੇ। ਤਾਂ ਇਸ ਤਰ੍ਹਾਂ ਅਗਲਾ ਜਿਹੜਾ ਹੈਗਾ ਨਮੂਨਾ ਵਿਧੀ ਆ ਜਾਂਦੀ ਆ, ਇਹਦੀਆਂ ਵੀ ਉਸੇ ਟਾਈਮ ਪਰਿਭਾਸ਼ਾ ਅਤੇ ਇਹਦੀਆਂ ਕਿਸਮਾਂ ਅਤੇ ਇਹਨੇ ਵੀ ਗੁਣ ਕਿਹੜੇ ਕਿਹੜੇ ਆ ਅਤੇ ਔਗਣ ਕਿਹੜੇ ਕਿਹੜੇ ਆ, ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ। ਇਹ ਘੱਟ ਖਰਚੀਲੀ ਆ, ਜਦੋਂ ਅਸੀਂ ਨਮੂਨਾ ਲੈਣਾ ਅਤੇ ਅਸੀਂ ਥੋੜ੍ਹੇ ਜਿਹੇ ਨਮੂਨੇ ਤੋਂ ਆਪਣੇ ਸਿੱਟੇ ਕੱਢ ਸਕਦੇ ਹਾਂ, ਇਹਦੇ 'ਚ ਸਮੇਂ ਦੀ ਵੀ ਬੱਚਤ ਹੁੰਦੀ ਆ, ਇਹ ਭਰੋਸੇਯੋਗ ਵੀ ਆ, ਇਹ ਵਿਆਪਕ ਜਾਂਚ ਵੀ ਹੋ ਜਾਂਦੀ ਹੈ, ਇਹਦੇ ਨਾਲ ਪ੍ਰਸ਼ਾਸਨਿਕ ਆਸਾਨੀ ਵੀ ਇਹਦੇ ਵਿੱਚ ਹੁੰਦੀ ਆ, ਕਿਉਂਕਿ ਜਦੋਂ ਅਸੀਂ ਥੋੜ੍ਹੇ ਹੀ ਅੰਕੜਿਆਂ ਤੋਂ ਥੋੜ੍ਹੇ ਜਿਹਾ ਮਦਾਂ ਤੋਂ ਅਸੀਂ ਅੰਕੜੇ ਇਕੱਠੇ ਕਰਨੇ ਆ ਤਾਂ ਪ੍ਰਸ਼ਾਸਨਿਕ ਤੌਰ 'ਤੇ ਸਾਨੂੰ ਸੌਖਾ ਰਹੇਗਾ। ਇਹ ਵਧੇਰੇ ਵਿਗਿਆਨਕ ਵੀ ਆ, ਕਿਉਂਕਿ ਜਿਹੜੇ ਅਸੀਂ ਨਮੂਨੇ ਚੁਣਨੇ ਆ ਉਹ ਕਿਸੇ ਨਾ ਕਿਸੇ ਵਿਗਿਆਨਕ ਵਿਧੀ ਦੀ ਵਰਤੋਂ ਕਰਕੇ ਹੀ ਅਸੀਂ ਚੁਣਦੇ ਹਾਂ। ਤਾਂ ਇਸ ਦੇ ਔਗਣ ਵੀ ਬੱਚਿਓ ਤੁਸੀਂ ਨੋਟ ਕਰਨੇ ਆ ਕਿ ਨਮੂਨਾ ਵਿਧੀ ਦੇ ਜਿਹੜੇ ਔਗਣ ਹੈਗੇ ਆ। ਉਸ ਤੋਂ ਬਾਅਦ ਅਗਲਾ ਜਿਹੜਾ ਹੈ ਉਹ ਅੰਕੜਿਆਂ ਦਾ ਵਿਵਸਥੀਕਰਨ। ਪਹਿਲੀਆਂ ਚੈਪਟਰਾਂ ਦੇ ਵਿੱਚ ਆਪਾਂ ਚੌਥੇ ਤੱਕ ਆਪਾਂ ਨੇ ਦੇਖ ਲਿਆ ਕਿ ਅੰਕੜੇ ਇਕੱਠੇ ਆਪਾਂ ਨੇ ਕਰ ਲਏ, ਉਸ ਤੋਂ ਬਾਅਦ ਮੁੜ ਕੇ ਅਸੀਂ ਉਸਨੂੰ ਜਿਹੜਾ ਔਰਗੇਨਾਈਜ਼ ਕਰਨਾ, ਤਾਂ ਇਹਨੂੰ ਉਹਨਾਂ ਜਿਹੜੀਆਂ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਭਿੰਨ ਭਿੰਨ ਵਰਗਾਂ ਦੇ ਵਿੱਚ ਵੰਡਣਾ, ਭੂਗੋਲਿਕ ਜਿਹੜੀ ਆ ਉਹ ਸਥਿਤੀ ਅਨੁਸਾਰ, ਫਿਰ ਸਮੇਂ ਦੀ ਸਥਿਤੀ ਅਨੁਸਾਰ, ਗੁਣਾਤਮਕ ਸੰਖਿਆਤਮਕ, ਇਹ ਸਾਰੀਆਂ ਚੀਜ਼ਾਂ ਉਸ ਅੰਕੜਿਆਂ ਨੂੰ ਔਰਗੇਨਾਈਜ਼ ਕਰਨ ਵਾਸਤੇ ਆ। ਅਤੇ ਰਾ ਡਾਟਾ ਸਾਡੇ ਕੋਲ ਜਿਹੜਾ ਹੁੰਦਾ ਉਸਨੂੰ ਅਸੀਂ ਅੱਗੇ ਲੜੀਆਂ ਦੇ ਵਿੱਚ ਵੀ ਲਿਖਣਾ ਕਿ ਉਹ ਲੜੀਆਂ ਜਿਹੜੀਆਂ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਹੁੰਦੀਆਂ, ਇੱਕ ਤਾਂ ਵਿਅਕਤੀਗਤ ਲੜੀਆਂ, ਫਿਰ ਅਤੇ ਦੂਜੀਆਂ ਜਿਹੜੀਆਂ ਅਵਿਰਤੀ ਲੜੀਆਂ। ਵਿਅਕਤੀਗਤ ਲੜੀ ਇੱਕ ਹੋ ਗਈ, ਅਵਿਰਤੀ ਲੜੀਆਂ ਜਿਹੜੀਆਂ ਉਹ ਆ ਜਿਵੇਂ ਖੰਡਿਤ ਲੜੀਆਂ ਅਤੇ ਅਖੰਡਿਤ ਲੜੀਆਂ। ਅੱਗੇ ਵੀ ਆਪਾਂ ਇਹਦੇ ਨਾਲ ਇਹਨਾਂ ਦੇ ਬਾਰੇ ਵਿਸਥਾਰ ਦੇ ਨਾਲ ਕਰਾਂਗੇ ਗੱਲ। ਅਤੇ ਛੇਵਾਂ ਜਿਹੜਾ ਤੁਹਾਡਾ ਚੈਪਟਰ ਹੈ ਉਹ ਹੈਗਾ ਉਹਨਾਂ ਦਾ ਸਾਰਨੀਆਂ ਪੇਸ਼ੀ ਕਰਨਾ, ਕਿ ਜੋ ਅੰਕੜੇ ਅਸੀਂ ਇਕੱਠੇ ਕਰ ਲਏ ਉਹਨਾਂ ਨੂੰ ਸਾਰਨੀਆਂ ਦੇ ਵਿੱਚ ਅਸੀਂ ਕਿਵੇਂ ਪੇਸ਼ ਕਰਨਾ, ਸਾਰਨੀ ਕਿਵੇਂ ਕਰਨੀ ਆ, ਇਹ ਵੀ ਇੰਪੋਰਟੈਂਟ ਕੁਐਸਚਨ ਆ ਕਿ ਸਾਰਨੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਉਹਦੇ ਕਿਹੜੇ ਕਿਹੜੇ ਭਾਗ ਹੁੰਦੇ ਆ, ਜਿਵੇਂ ਉਹਦੇ 'ਚ ਸੰਖਿਆ ਹੁੰਦੀ ਆ, ਉਹਦਾ ਇੱਕ ਸਿਰਲੇਖ ਹੁੰਦਾ, ਉਹਦੀ ਇੱਕ ਉਹਦੇ 'ਚ ਇੱਕ ਮੁੱਖ ਟਿੱਪਣੀ ਹੁੰਦੀ ਆ, ਹਰੇਕ ਪੰਕਤੀ ਦਾ ਸਿਰਲੇਖ ਹੁੰਦਾ, ਤਾਂ ਇੱਕ ਉਪ ਸਿਰਲੇਖ ਵੀ ਉਹਦਾ ਹੁੰਦਾ। ਤਾਂ ਇਸ ਤਰ੍ਹਾਂ ਅਸੀਂ ਅੰਕੜੇ ਜਿਹੜੇ ਉਹ ਇਕੱਠੇ ਉਹ ਕਰਦੇ ਹਾਂ ਇਹ 6ਵੇਂ ਚੈਪਟਰ ਤੱਕ। ਅਤੇ ਬੱਚਿਓ ਹੁਣ ਅਸੀਂ ਅੰਕੜੇ ਇਕੱਠੇ ਕਰਕੇ ਇਹਨਾਂ ਨੂੰ ਇੱਕ ਸਾਰਨੀ ਰਾਹੀਂ ਪੇਸ਼ ਕਰਕੇ ਦਿੱਤਾ, ਅਤੇ ਬੱਚਿਓ ਇਸ ਤੋਂ ਵੀ ਵਧੀਆ ਤਰੀਕਾ ਸਾਡੇ ਕੋਲ ਜੇ ਇਹਨਾਂ ਅੰਕੜਿਆਂ ਨੂੰ ਅਸੀਂ ਚਿੱਤਰ ਰਾਹੀਂ ਪੇਸ਼ ਕਰੀਏ। ਤਾਂ ਬੱਚਿਓ ਚਿੱਤਰ ਰਾਹੀਂ ਹਰ ਚੀਜ਼ ਅੱਛੀ ਲੱਗਦੀ ਹੈ। ਜਦੋਂ ਤੁਹਾਨੂੰ ਇਹ ਪੇਪਰ ਵਿੱਚ ਜਿਹੜਾ ਕੁਐਸਚਨ ਆਏਗਾ, ਤੁਹਾਨੂੰ ਜਿੱਦਾਂ ਦੰਡ ਚਿੱਤਰ ਬਣਾਉਣਾ ਆ ਤਾਂ ਤੁਹਾਨੂੰ 2 ਤਰ੍ਹਾਂ ਦੇ ਡਾਟੇ ਦਿੱਤੇ ਹੋਣਗੇ। ਇੱਕ ਪਾਸੇ ਤੁਸੀਂ ਸਕੇਲ ਜਿਹੜੀ ਆਪ ਬਣਾਉਂਦੇ ਹੋ, ਅਤੇ ਐਕਸ ਐਕਸਿਸ ਵਾਲੇ ਪਾਸੇ ਤੁਸੀਂ ਬਣੀ ਬਣਾਈ ਸਕੇਲ ਰੱਖ ਕੇ ਦੰਡ ਚਿੱਤਰ ਬਣਾਓਗੇ। ਜਿਸ ਤਰ੍ਹਾਂ ਬੱਚਿਓ ਤੁਹਾਨੂੰ ਸਕਰੀਨ 'ਤੇ ਕਲੀਅਰ ਹੈ, ਇਹਦੇ ਵਿੱਚ ਇੰਪੋਰਟੈਂਟ ਕੀ ਹੈਗਾ ਕਿ ਇੱਕ ਜਿਹੜੀ ਕੀ ਹੁੰਦੀ ਆ ਉਹਨੂੰ ਬਾਹਰ ਜ਼ਰੂਰ ਲਿਖਣਾ ਚਾਹੀਦਾ ਹੈਗਾ ਕਿ ਤੁਹਾਨੂੰ 2 ਚਿੱਤਰ ਜਿਸ ਚੀਜ਼ ਵਾਸਤੇ ਦੰਡ ਗ੍ਰਾਫ ਬਣਾਉਣ ਵਾਸਤੇ ਮਿਲੇ ਆ ਉਹਨਾਂ ਦੇ ਵਿੱਚ ਜਿਹੜਾ ਇੱਕ ਦੰਡ ਗ੍ਰਾਫ ਹੈ ਉਹ ਕੀ ਦਰਸਾਉਂਦਾ ਹੈ ਅਤੇ ਦੂਸਰਾ ਜਿਹੜਾ ਹੈਗਾ ਦੰਡ ਗ੍ਰਾਫ ਉਹ ਕੀ ਦਰਸਾਉਂਦਾ।
ਸੋ ਇਹਨਾਂ ਨੂੰ ਬਾਹਰ ਨਿਕਾਲ ਕੇ ਤੁਸੀਂ ਕੀ ਦੀ ਫਾਰਮ ਦੇ ਵਿੱਚ ਜ਼ਰੂਰ ਲਿਖੋ। ਇਹ ਲਿਖੋ ਕਿ ਐਕਸ ਐਕਸਿਸ ਵਾਲੇ ਪਾਸੇ ਅਸੀਂ ਕਿਹੜਾ ਡਾਟਾ ਲਿਆ, ਵਾਈ ਐਕਸਿਸ ਵਾਲੇ ਪਾਸੇ ਅਸੀਂ ਕੀ ਡਾਟਾ ਲਿਆ। ਸੋ ਬੱਚਿਓ, ਇਹਨਾਂ ਨੂੰ ਬਣਾਉਣ ਦਾ ਇੱਕ ਇਹ ਚੀਜ਼ ਜ਼ਰੂਰੀ ਹੈ ਕਿ ਆਪਣੇ ਪੇਪਰਾਂ ਦੇ ਵਿੱਚ ਤੁਸੀਂ ਆਪਣੀ ਪੈਨਸਲ, ਸਕੇਲ, ਸ਼ਾਰਪਨਰ, ਰਬੜ ਜ਼ਰੂਰ ਲੈ ਕੇ ਜਾਓ। ਬਹੁਤ ਸਾਰਾ ਵਿਦਿਆਰਥੀ ਟਾਈਮ ਵੇਸਟ ਕਰਦੇ ਰਹਿੰਦੇ ਆ ਇੱਕ ਦੂਜੇ ਕੋਲੋਂ ਚੀਜ਼ਾਂ ਮੰਗ ਕੇ। ਸੋ ਇਹਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਓ ਅਤੇ ਤੁਹਾਡੇ ਪੂਰੇ ਦੇ ਪੂਰੇ ਮਾਰਕਸ ਤੁਹਾਨੂੰ ਮਿਲ ਜਾਣਗੇ। ਇਸ ਤੋਂ ਬਿਨਾਂ ਦੰਡ ਚਿੱਤਰ ਤੋਂ ਬਿਨਾਂ ਤੁਹਾਨੂੰ ਕਈ ਵਾਰੀ ਬ੍ਰਿਤ ਚਿੱਤਰ ਦਿੰਦੇ ਆ ਜਿਹਨੂੰ ਅਸੀਂ ਪਾਈ ਚਾਰਟ ਵੀ ਕਹਿੰਦੇ ਹਾਂ, ਪਾਈ ਗ੍ਰਾਫ ਕਹਿੰਦੇ ਹਾਂ। ਇੱਕ ਉਸੇ ਡਾਟੇ ਨੂੰ ਜੇ ਤੁਸੀਂ ਇੱਕ ਸਰਕਲ ਫਾਰਮ ਦੇ ਵਿੱਚ ਦਰਸਾਉਂਦੇ ਹਾਂ ਤਾਂ ਉਹ ਸਾਡਾ ਬ੍ਰਿਤ ਚਿੱਤਰ ਬਣ ਜਾਂਦਾ। ਇਹਨੂੰ ਵੀ ਜਿਸ ਤਰੀਕੇ ਨਾਲ ਇਹ ਦਿਖਾਇਆ, ਨੀਲਾ, ਹਰਾ ਅਤੇ ਲਾਲ ਰੰਗ ਦਿਖਾਇਆ, ਇਹਨਾਂ ਦੀ ਕੀ ਅਸੀਂ ਬਾਹਰ ਕੱਢ ਕੇ ਲਿਖੀ ਕਿ ਇਹ ਕੀ ਕੀ ਚੀਜ਼ਾਂ ਨੂੰ ਦਰਸਾਉਂਦਾ। ਸੋ ਅੰਕੜਿਆਂ ਨੂੰ ਚਿੱਤਰ ਰਾਹੀਂ ਪੇਸ਼ ਕਰਨਾ ਚਿੱਤਰੀ ਪੇਸ਼ੀਕਰਨ ਦਰਸਾਉਂਦਾ। ਇਸ ਤੋਂ ਬਾਅਦ ਬੱਚਿਓ, ਜੇ ਇਹਨਾਂ ਅੰਕੜਿਆਂ ਨੂੰ ਅਸੀਂ ਇੱਕ ਆਇਤ ਫਾਰਮ ਦੇ ਵਿੱਚ ਦੱਸੀਏ, ਇਹ ਆਇਤ ਬਣੀਆਂ ਹੋਈਆਂ, ਇਹ ਆਮ ਤੌਰ ਤੇ ਅਖੰਡਿਤ ਸ਼੍ਰੇਣੀਆਂ ਵਾਸਤੇ ਵਰਤੇ ਜਾਂਦੇ ਆ, 0 ਤੋਂ 10, 10 ਤੋਂ 20। ਹਾਂਜੀ, ਜਿਸ ਤਰ੍ਹਾਂ ਅਖੰਡਿਤ ਸ਼੍ਰੇਣੀਆਂ ਵਿੱਚ ਆਪਣੇ ਗਰੁੱਪ ਬਣੇ ਹੁੰਦੇ ਆ, ਇਸੇ ਤਰੀਕੇ ਨਾਲ ਇਹ ਗਰੁੱਪ ਬਣਾ ਕੇ ਆਪਾਂ ਇਹਨਾਂ ਨੂੰ ਦਰਸਾਉਂਦੇ ਆ। ਇਹਨਾਂ ਨੂੰ ਆਪਾਂ ਆਇਤ ਚਿੱਤਰ ਕਹਿੰਦੇ ਆ। ਜੇ ਇਹੀ ਆਇਤ ਚਿੱਤਰ ਜਦੋਂ ਬਣਾ ਕੇ ਅਸੀਂ ਉਹਨਾਂ ਦੇ ਮਿਡ ਪੁਆਇੰਟਸ ਨੂੰ ਆਪਸ ਵਿੱਚ ਮਿਲਾ ਦਈਏ ਤਾਂ ਜਿਹੜਾ ਇਹ ਚਿੱਤਰ ਬਣ ਜਾਂਦਾ ਉਹਨੂੰ ਅਸੀਂ ਬਹੁਭੁਜ ਚਿੱਤਰ ਕਹਿੰਦੇ, ਕਿਉਂਕਿ ਇਹਦੀਆਂ ਕਈ ਭੁਜਾਵਾਂ ਹੈਗੀਆਂ, ਇਸ ਕਰਕੇ ਇਹਨੂੰ ਬਹੁਭੁਜ ਚਿੱਤਰ ਕਿਹਾ ਜਾਂਦਾ। ਬੱਚੇ, ਖਾਸ ਤੌਰ ਤੇ ਗੱਲ ਇਹ ਨੋਟ ਰੱਖਣੀ ਆ ਕਿ ਬੱਚੇ ਸਾਰਾ ਕੁਝ ਬਣਾ ਦਿੰਦੇ, ਜਿਹੜਾ ਅਕਸਰ ਅਸੀਂ ਨੋਟ ਕੀਤਾ ਬੜਾ ਵਧੀਆ ਸਾਰਾ ਬਣਾਇਆ ਹੁੰਦਾ, ਪਰ ਉਹਨਾਂ ਨੇ ਇਹ ਨਹੀਂ ਲਿਖਿਆ ਹੁੰਦਾ ਕਿ ਉਹਨਾਂ ਨੇ ਐਕਸ ਐਕਸਿਸ ਵਾਲੇ ਪਾਸੇ ਕਿਹੜੀ ਚੀਜ਼ ਲਈ ਹੈ ਤੇ ਵਾਈ ਐਕਸ ਵਰਸੇ ਜਿਸ ਨੰਬਰ ਆਫ ਸਟੂਡੈਂਟਸ ਲਿਖਿਆ, ਇਹ ਚੀਜ਼ ਲਿਖਣੀ ਬਹੁਤ ਜ਼ਰੂਰੀ ਹੈਗੀ ਆ। ਇਸ ਤੋਂ ਬਿਨਾਂ ਬੱਚਿਓ, ਆ ਸਕਦਾ ਅਵਿਰਤੀ ਚਿੱਤਰ ਨੂੰ ਪੇਸ਼ ਕਰਨ ਵਾਸਤੇ ਇੱਕ ਤੋਰਨ ਵਕਰ ਹੁੰਦਾ ਜਿਹੜਾ ਫ੍ਰੀਕੁਐਂਸੀ ਦੱਸਦਾ, ਕਿਊਮੂਲੇਟਿਵ ਸੰਚਾਈ ਵਰਿੱਤੀ ਦੱਸਦਾ ਹੈਗਾ, ਉਹਨੂੰ ਅਸੀਂ ਪੇਸ਼ ਕਰ ਸਕਦੇ ਹਾਂ। ਜਿਸ ਤਰੀਕੇ ਨਾਲ 11 ਦੇ ਉੱਤੇ 20 ਇਹ ਪੁਆਇੰਟ ਜੁੜ ਗਿਆ, ਉਸ ਤੋਂ ਬਾਅਦ ਉਹਦੇ ਵਿੱਚ ਅਗਲੇ ਪੁਆਇੰਟਸ ਜੁੜ ਗਏ, ਇਹਨਾਂ ਨੂੰ ਜੋੜਨ ਦੇ ਨਾਲ ਇੱਕ ਤੋਰਨ ਵਕਰ ਬਣ, ਸਾਰੀਆਂ ਵਰਿੱਤੀਆਂ ਦਾ ਜੋੜ ਵਿੱਚ ਦੱਸਿਆ, ਜੋੜ ਵਿੱਚ ਦੱਸਿਆ। ਉਸ ਤੋਂ ਬਿਨਾਂ ਬੱਚਿਓ, ਰੇਖਾਈ ਗ੍ਰਾਫ ਜਿਹਨੂੰ ਅਸੀਂ ਸਮਾਂ ਲੜੀਆਂ ਗ੍ਰਾਫ ਕਹਿੰਦੇ ਹਾਂ, ਜਿਸ ਤਰ੍ਹਾਂ ਸਾਨੂੰ ਨਾਮ ਤੋਂ ਹੀ ਕਲੀਅਰ ਹੈ, ਸਮਾਂ ਲੜੀਆਂ, ਸਮੇਂ ਦਾ ਮਤਲਬ ਹੈਗਾ ਇਹ ਜਿਹੜਾ ਗ੍ਰਾਫ ਇਹ ਦਰਸਾਉਂਦਾ ਹੈਗਾ ਕਿ ਕਿਸੇ ਖਾਸ ਸਮੇਂ ਨੂੰ ਦਰਸਾਉਂਦਾ, ਚਾਹੇ ਅਸੀਂ ਉਹ ਸਾਲ ਲਈਏ, ਚਾਹੇ ਉਹ ਮਹੀਨਾ ਲਈਏ, ਚਾਹੇ ਉਹ ਦਿਨ ਲਈਏ, ਇਹ ਲੜੀਆਂ ਨੂੰ ਸਮੇਂ ਦੇ ਅਨੁਸਾਰ ਦਰਸਾਉਣਾ ਅਸੀਂ ਸਮਾਂ ਲੜੀਆਂ ਗ੍ਰਾਫ ਕਹਿੰਦੇ ਹਾਂ। ਗ੍ਰਾਫ ਪੇਪਰ ਤੇ ਬਣਾ ਕੇ ਉਸੇ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਡਾਟਾ ਅੰਕੜੇ ਐਕਸ ਐਕਸਿਸ ਵਾਈ ਐਕਸਿਸ ਵਾਲੇ ਪਾਸੇ ਲੈ ਕੇ ਇਹ ਗ੍ਰਾਫ ਲੜੀਆਂ ਦਰਸਾਉਂਦੇ। ਸੋ ਬੱਚਿਓ, ਇਹ ਸੀਗੇ ਸਾਡੇ ਬੜੇ ਹੀ ਇੰਪੋਰਟੈਂਟ, ਬੜੇ ਰੋਚਕ ਤਰੀਕੇ ਨਾਲ ਚਿੱਤਰ ਰਾਹੀਂ ਜਿਹੜਾ ਅੰਕੜਿਆਂ ਨੂੰ ਦਰਸਾਉਣ ਦਾ ਤਰੀਕਾ। ਅੰਕੜਿਆਂ ਨੂੰ ਜਿਹੜੇ ਇਕੱਠਾ ਕੀਤਾ ਸੀ ਉਹਨਾਂ ਨੂੰ ਅਸੀਂ ਕਿਵੇਂ ਪ੍ਰੈਜੈਂਟ ਕਰਨਾ, ਉਸ ਤੋਂ ਬੱਚੋ ਅੱਗੇ ਕੁਛ ਅੰਕੜਿਆਂ ਤਾਂ ਅਸੀਂ ਇੱਦਾਂ ਵੀ ਡਾਇਰੈਕਟਲੀ ਅਸੀਂ ਸਮਝ ਸਕਦੇ ਹਾਂ ਉਹਨਾਂ ਦੇ ਗ੍ਰਾਫ ਬਣਾ ਕੇ, ਦੰਡ ਚਿੱਤਰ ਬਣਾ ਕੇ, ਆਇਤ ਚਿੱਤਰ ਬਣਾ ਕੇ, ਅਤੇ ਕੁਛ ਤਾਂ ਅੱਗੇ ਸਾਨੂੰ ਅੱਗੇ ਜਿਹੜੇ ਹੋਰ ਸੂਤਰ ਲਗਾ ਕੇ ਕੁਛ ਸਿੱਟੇ ਜਿਹੜੇ ਉਹ ਕੱਢਣੇ ਪੈਂਦੇ ਆ, ਉਹਨਾਂ ਬਾਰੇ ਆਪਾਂ ਥੋੜ੍ਹੇ ਸੰਖੇਪ ਦੇ ਵਿੱਚ ਗੱਲ ਕਰਾਂਗੇ, ਕਿਉਂਕਿ ਤੁਸੀਂ ਇਹਦੇ ਬਾਰੇ ਪਹਿਲਾਂ ਵੀ ਜਾਣ ਚੁੱਕੇ ਹੋ, ਕਲਾਸ ਦੇ ਵਿੱਚ ਤੁਸੀਂ ਪੜ੍ਹ ਚੁੱਕੇ ਹੋ। ਹਾਂਜੀ, ਮੀਨ ਅਤੇ ਮੀਡੀਅਨ, ਇਹਦੇ ਵਿੱਚ ਮਾਧਿਆ ਅਤੇ ਮਾਧਿਅਕਾ ਬਾਰੇ ਆਪਾਂ ਥੋੜ੍ਹੀ ਗੱਲ ਕਰਦੇ ਹਾਂ। ਇਹ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਇਹਦੇ 'ਚ ਲੜੀਆਂ ਹੁੰਦੀਆਂ, ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਵਿਅਕਤੀਗਤ ਲੜੀਆਂ, ਖੰਡਿਤ ਲੜੀਆਂ ਅਤੇ ਅਖੰਡਿਤ ਲੜੀਆਂ, ਜਿਵੇਂ ਤੁਸੀਂ ਸਕਰੀਨ 'ਤੇ ਵੀ ਤੁਹਾਨੂੰ ਦਿਖਾਈ ਦੇਵੇਗਾ। ਤਾਂ ਇਹ ਜਿਹੜੀ ਪਹਿਲਾਂ ਹੈਗੀ ਆ, ਜਿਵੇਂ ਵਿਅਕਤੀਗਤ ਲੜੀਆਂ ਦੀ ਉਦਾਹਰਣ ਕਿਸ ਤਰ੍ਹਾਂ ਦੀ ਆ, ਇੱਕੋ ਹੀ ਲੜੀ ਹੁੰਦੀ ਹੈ, ਇਹਦੇ 'ਚ ਕੋਈ ਜਿਹੜੀ ਅਵਿਰਤੀ ਨਹੀਂ ਦਿੱਤੀ ਹੁੰਦੀ, 10, 20, 30, 40, 50, 60, 70। ਦੂਸਰੀ ਹੈਗੀ ਆ ਖੰਡਿਤ ਲੜੀ, ਇਹਦੇ 'ਚ ਨਾਲ ਐਡ ਕੀ ਹੋਇਆ, ਇਹਦੇ 'ਚ ਅਵਿਰਤੀਆਂ ਦਿੱਤੀਆਂ ਹੋਈਆਂ, ਜੇਬ ਖਰਚ ਦੇ ਨਾਲ ਨਾਲ ਵਿਦਿਆਰਥੀਆਂ ਦੀ ਗਿਣਤੀ ਦਿੱਤੀ ਆ। ਉਹ ਪਹਿਲੇ 'ਚ 10 ਵਾਲਾ ਇੱਕੋ ਹੀ ਸੀਗਾ, ਹੁਣ ਇੱਥੇ 5 ਹੋ ਗਿਆ, ਇਸ ਕਰਕੇ ਉਹ ਅਵਿਰਤੀ ਹੋ ਗਈ। 20 ਵਾਲੇ 9 ਹੋ ਗਏ, 30 ਵਾਲੇ 8 ਹੋ ਗਏ, 40, 2, 50, 3, 60, 5, 70, 6, ਤਾਂ ਇਹ ਹੋ ਗਈ ਖੰਡਿਤ ਲੜੀਆਂ। ਅਤੇ ਉਸ ਤੋਂ ਬਾਅਦ ਮੁੜ ਕੇ ਅਖੰਡਿਤ ਲੜੀਆਂ ਜਿਹੜੀਆਂ ਉਹ ਹੈ, ਇਹਨਾਂ ਦੇ ਵਿੱਚ ਜਿਹੜਾ ਇੱਕ 10 ਤੋਂ 20 ਵਰਗ ਅੰਤਰ ਆ ਗਿਆ ਇਹਦੇ ਵਿੱਚ, 10 ਤੋਂ 20 ਤੱਕ ਦੀਆਂ ਜਿਹੜੇ ਵਿਦਿਆਰਥੀ ਹੈਗੇ ਆ ਉਹ 5 ਆ, ਤਾਂ ਇੱਦਾਂ ਹੀ 20 ਤੋਂ 30, 30 ਤੋਂ 40, 40 ਤੋਂ 50। ਇਹ ਤੁਸੀਂ ਕਰ ਚੁੱਕੇ ਹੋ ਬੱਚੋ, ਮੈਂ ਤੁਹਾਨੂੰ ਥੋੜ੍ਹਾ ਰੀਕਾਲ ਕਰਾਉਣ ਵਾਸਤੇ ਹੀ ਤੁਹਾਨੂੰ ਦੱਸ ਰਹੇ ਹਾਂ ਕਿ ਇਹ 3 ਤਰ੍ਹਾਂ ਦੀ ਲੜੀਆਂ, ਕਿਉਂਕਿ ਸਾਰੇ ਸੂਤਰ ਜਿਹੜੇ ਲੱਗਣੇ ਆ ਉਹ ਇਹਨਾਂ ਦੇ ਉੱਤੇ ਹੀ ਲੱਗਣੇ ਆ, ਇਹਨਾਂ ਤੋਂ ਹੀ ਅਸੀਂ ਸਿੱਟੇ ਕੱਢਣੇ ਆ। ਤਾਂ ਉਸ ਤੋਂ ਬਾਅਦ ਇਹ ਮਤਲਬ ਕਿ 70 ਤੋਂ 80 ਤੱਕ ਦੇ 6 ਵਿਦਿਆਰਥੀ ਹੋ ਗਏ, ਇਹ ਅਖੰਡਿਤ ਲੜੀਆਂ ਹੋ ਗਈਆਂ। ਤਾਂ ਹੁਣ ਅਸੀਂ ਸ਼ੋਰਟ ਵਿੱਚ ਹੀ ਇਹਨਾਂ ਦੇ ਥੋੜ੍ਹੇ ਸੂਤਰ ਜਿਹੜੇ ਆ ਉਹਨਾਂ ਨੂੰ ਦੇਖਾਂਗੇ ਕਿ ਜੇ ਵਿਅਕਤੀਗਤ ਲੜੀਆਂ ਦੇ ਵਿੱਚ ਪ੍ਰਤੱਖ ਵਿਧੀ ਦੇ ਨਾਲ ਅਸੀਂ ਜੇ ਕਰਨਾ ਹੋਵੇ ਤਾਂ ਇਹ ਜਿਹੜਾ ਜਿਵੇਂ ਜੇਬ ਖਰਚ ਸੀਗਾ, ਤਾਂ ਜੇਬ ਖਰਚ ਦਾ ਜੋੜ ਆ ਇਹ ਸਮੇਸ਼ਨ ਐਕਸ,
ਤੇ ਉਹ ਕਿੰਨੇ ਸੀ ਜਿਵੇਂ 70 ਤੱਕ ਸੀ 7 ਤਾਂ ਉਹਦੇ ਨਾਲ ਅਸੀਂ ਮਤਾਂ ਦੀ ਗਿਣਤੀ ਦੇ ਨਾਲ ਅਸੀਂ ਜੇ ਡਿਵਾਈਡ ਕਰ ਦਈਏ ਤਾਂ ਸਾਨੂੰ ਔਸਤ ਪਤਾ ਲੱਗ ਜਾਏਗਾ ਮੀਨ ਪਤਾ ਲੱਗ ਜਾਵੇਗਾ ਇਸ ਤਰ੍ਹਾਂ ਹੀ ਅੱਗੇ ਜੇ ਜਿਹੜੀਆਂ ਅਜਿਊਮਡ ਲੈ ਕੇ ਲਘੂ ਵਿਧੀ ਜਿਹੜੀ ਹੈਗੀ ਉਹ 'ਚ ਅਸੀਂ ਇੱਕ ਕਲਪਨਿਕ ਮਾਧਿਅ ਜਿਹੜਾ ਉਹ ਪਹਿਲਾਂ ਹੀ ਲੈ ਲੈਂਦੇ ਹਾਂ ਤਾਂ ਬੱਚੋ ਇੱਕ ਜਿਹੜੀ ਧਿਆਨ ਰੱਖਣ ਵਾਲੀ ਗੱਲ ਹੈਗੀ ਆ ਜਿਹੜੇ ਬੱਚੇ ਆਮ ਗਲਤੀ ਕਰਦੇ ਆ ਉਹ ਜਿਹੜਾ ਇਹ ਪਲੱਸ ਦਾ ਸਾਈਨ ਆ ਕਿਤੇ ਜਾਂ ਤਾਂ ਇੱਥੇ ਉੱਪਰ ਪਾ ਦਿੰਦੇ ਆ ਅਤੇ ਏ ਨੂੰ ਵੀ ਉੱਪਰ ਜਾ ਕੇ ਜੋੜ ਦਿੰਦੇ ਆ ਏ ਪਲੱਸ ਸਿਗਮਾ ਡੀ ਇੱਥੇ ਲਿਖ ਦਿੰਦੇ ਆ ਇਹ ਕਦੇ ਵੀ ਨਹੀਂ ਲਿਖਣਾ ਤੁਸੀਂ ਆਹ ਲਾਈਨ ਦਾ ਧਿਆਨ ਰੱਖਣਾ ਕਿ ਜਿਹੜੀ ਇਹ ਲਾਈਨ ਦੇ ਬਰਾਬਰ ਹੀ ਏ ਅਤੇ ਬਰਾਬਰ ਹੀ ਜਿਹੜਾ ਪਲੱਸ ਦਾ ਸਾਈਨ ਹੋਣਾ ਚਾਹੀਦਾ ਤਾਂ ਹੀ ਤੁਸੀਂ ਇਸ ਨੂੰ ਜਿਹੜਾ ਸੋਲੋ ਪਹਿਲਾਂ ਕਰੋਗੇ ਫਿਰ ਉਸ ਦੇ ਵਿੱਚ ਜੁੜੋਗੇ ਤਾਂ ਜੇ ਤੁਸੀਂ ਲਿਖਿਆ ਹੀ ਗਲਤ ਹੋਵੇਗਾ ਤਾਂ ਜਿਹੜਾ ਸਿੱਟਾ ਨਿਕਲੇਗਾ ਉਹ ਵੀ ਗਲਤ ਹੀ ਨਿਕਲੇਗਾ ਤਾਂ ਇਸ ਕਰਕੇ ਲਿਖਣਾ ਬਹੁਤ ਜ਼ਰੂਰੀ ਆ ਧਿਆਨ ਦੇ ਨਾਲ ਕਿ ਇਹ ਇਸੇ ਤਰ੍ਹਾਂ ਹੀ ਲਿਖਿਆ ਜਾਵੇ ਉਸ ਤੋਂ ਬਾਅਦ ਅੱਗੇ ਹੈਗਾ ਕਿ ਜਿਹੜੀਆਂ ਡਾਇਰੈਕਟ ਮੈਥਡ ਖੰਡਿਤ ਲੜੀਆਂ ਦੇ ਵਿੱਚ ਤਾਂ ਇਹਦੇ ਵਿੱਚ ਕਿਸ ਤਰ੍ਹਾਂ ਹੈਗਾ ਖੰਡਿਤ ਲੜੀਆਂ ਦੇ ਵਿੱਚ ਅਵਿਰਤੀ ਆ ਜਾਂਦੀ ਆ ਤਾਂ ਅਸੀਂ ਅਵਿਰਤੀ ਨਾਲ ਉਹਨੂੰ ਗੁਣਾ ਕਰਨਾ ਤਾਂ ਇਹ ਐਫ ਐਕਸ ਬਣ ਗਿਆ ਤਾਂ ਆਹ ਫਿਰ ਅਵਿਰਤੀਆਂ ਦਾ ਜੋੜ ਹੈਗਾ ਤਾਂ ਇਹਨੂੰ ਅਸੀਂ ਡਿਵਾਈਡ ਕਰਕੇ ਕਰ ਸਕਦੇ ਹਾਂ ਫਿਰ ਅੱਗੇ ਹੈਗਾ ਕਿ ਇਹਦੀ ਸ਼ਾਰਟਕੱਟ ਵਿਧੀ ਉਸੇ ਤਰ੍ਹਾਂ ਹੀ ਅਜਿਊਮਡ ਲੈ ਕੇ ਉਸੇ ਤਰ੍ਹਾਂ ਹੀ ਲਿਖਣ ਦਾ ਤਰੀਕਾ ਜਿਹੜਾ ਉਹ ਸੇਮ ਹੋਣਾ ਚਾਹੀਦਾ ਇਹ ਡੀ ਜਿਹੜਾ ਲਿਆ ਹੋਇਆ ਇਹ ਅਜਿਊਮਡ ਲਿਆ ਨਾ ਤਾਂ ਜਿਹੜੀ ਸਾਡੇ ਕੋਲ ਮੁੱਢਲੀ ਰਕਮ ਸੀ ਉਹ 'ਚੋਂ ਅਸੀਂ ਘਟਾਇਆ ਹੋਇਆ ਉਸ ਦੇ ਵਿੱਚੋਂ ਤਾਂ ਇਹ ਡੀ ਇਹਨੂੰ ਅਸੀਂ ਵਿਚਲਨ ਕਹਿੰਦੇ ਹਾਂ ਡੀਵੀਏਸ਼ਨ ਇਸ ਤੋਂ ਬਾਅਦ ਪਦ ਵਿਚਲਨ ਉਸ ਤੋਂ ਅੱਗੇ ਵੀ ਅਸੀਂ ਡਿਵਾਈਡ ਕਰ ਦਿੰਦੇ ਹਾਂ ਜੇ ਉਹਦਾ ਕੋਈ ਕਾਮਨ ਹੁੰਦਾ ਸੀ ਨਾਲ ਮਤਲਬ ਕੋਈ ਸੀ ਕੋਈ ਆਪਾਂ ਲੈ ਲੈਂਦੇ ਕਿ ਜਿਵੇਂ 10 ਸਾਰਿਆਂ 'ਚ ਹੀ ਹੋਇਆ ਅਤੇ 10 ਨਾਲ ਡਿਵਾਈਡ ਕਰਕੇ ਸਾਨੂੰ ਉਹ ਜਿਹੜਾ ਉਹਦਾ ਜੋੜ ਕਰਦੇ ਹਾਂ ਪਹਿਲਾਂ ਫਿਰ ਅੰਤ ਦੇ ਵਿੱਚ ਅਸੀਂ ਉਹਦੇ ਨਾਲ ਗੁਣਾ ਵੀ ਕਰ ਦਿੰਦੇ ਹਾਂ ਪਹਿਲਾਂ ਅਸੀਂ ਛੋਟਾ ਕੀਤਾ ਅਤੇ ਫਿਰ ਅਸੀਂ ਉਹਨੂੰ ਵੱਡਾ ਕਰ ਲਿਆ ਤਾਂ ਇਸ ਤਰ੍ਹਾਂ ਜਿਹੜਾ ਸਹੀ ਸਿੱਟਾ ਜਿਹੜਾ ਉਹ ਨਿਕਲਾਵੇਗਾ ਇੱਦਾਂ ਹੀ ਅਖੰਡਿਤ ਲੜੀਆਂ ਜਿਹੜੀਆਂ ਆ ਜਾਂਦੀਆਂ ਅਖੰਡ 10 ਤੋਂ 20 ਤੋਂ 30 ਤੋਂ 40 ਵਾਰ ਗਿਆ ਉਹਨਾਂ ਦਾ ਅਸੀਂ ਪਹਿਲਾਂ ਮਿਡ ਪੁਆਇੰਟ ਲੈਂਦੇ ਹਾਂ ਮੱਧ ਬਿੰਦੂ ਲੈਂਦੇ ਹਾਂ ਇਸ ਕਰਕੇ ਅਸੀਂ ਐਮ ਲਿਖਿਆ ਉਸ ਨੂੰ ਅਸੀਂ ਅਵਿਰਤੀਆਂ ਨਾਲ ਗੁਣਾ ਕਰਦੇ ਹਾਂ ਇਹ ਐਫ ਐਮ ਬਣ ਗਿਆ ਇਹਦਾ ਜੋੜ ਕਰ ਲੈਂਦੇ ਹਾਂ ਅਤੇ ਉਹ ਸਮੇਸ਼ਨ ਐਫ ਐਮ ਹੋ ਗਿਆ ਅਤੇ ਅਵਿਰਤੀਆਂ ਦੀ ਗਿਣਤੀ ਦੇ ਨਾਲ ਡਿਵਾਈਡ ਕਰਦੇ ਹਾਂ ਤਾਂ ਇਹਦਾ ਜਿਹੜਾ ਉਹ ਪ੍ਰਤੱਖ ਵਿਧੀ ਦੇ ਨਾਲ ਆ ਜਾਂਦਾ ਉਸੇ ਤਰ੍ਹਾਂ ਹੀ ਮੁੜ ਕੇ ਅੱਗੇ ਜਿਹੜਾ ਹੈਗਾ ਉਹਦੇ ਨਾਲ ਅਜਿਊਮਡ ਲੈ ਕੇ ਕਾਲਪਨਿਕ ਮਾਧਿਆ ਲੈ ਕੇ ਫਿਰ ਅੱਗੇ ਉਹਦਾ ਜਿਹੜਾ ਪਦ ਵਿਚਲਨ ਵਿਧੀ ਰਾਹੀਂ ਵੀ ਅਸੀਂ ਕਰਦੇ ਹਾਂ ਸੇਮ ਹੀ ਪ੍ਰੋਸੀਜਰ ਹੈਗਾ ਬਹੁਤ ਥੋੜ੍ਹਾ ਫਰਕ ਇਹਨਾਂ ਦਾ ਹੈ ਅੰਤਰਾ ਅਗਲਾ ਜਿਹੜੀ ਸਾਡੇ ਕੋਲ ਹੈ ਉਹ ਆ ਕਿ ਮੀਡੀਅਨ ਅਤੇ ਮਾਧਿਅਕ ਅਸੀਂ ਕਿਵੇਂ ਕਰਨੀਆਂ ਪਹਿਲਾਂ ਮੀਨ ਕੀਤਾ ਆਪਾਂ ਨੇ ਹੁਣ ਹੈਗਾ ਮੀਡੀਅਨ ਤਾਂ ਮੀਡੀਅਨ ਕੀ ਇਹਨੂੰ ਐਮ ਦੇ ਨਾਲ ਦਰਸਾਇਆ ਜਾਂਦਾ ਇਹ ਹੈ ਕਿ ਉਹ ਜਿਹੜੀ ਮੱਧ ਹੈਗੀ ਹੈ ਕਿੰਨਵੀਂ ਮੱਧ ਆ ਜਿਹੜੀ ਮੱਧ ਵਿੱਚ ਹੈ ਵਿਚਕਾਰ ਹੈਗੀ ਆ ਤਾਂ ਕੁੱਲ ਮਦਾਂ ਦੇ ਵਿੱਚ ਅਸੀਂ ਇੱਕ ਜੋੜ ਕੇ ਉਹਨੂੰ ਦੋ ਨਾਲ ਡਿਵਾਈਡ ਕਰ ਦਿੰਦੇ ਹਾਂ ਜਿਵੇਂ 11 ਹੋਇਆ ਸਾਡੇ ਕੋਲ 11 ਮਦਾਂ ਤਾਂ 11 ਦੇ ਵਿੱਚ ਇੱਕ ਜੋੜਾਂਗੇ ਤਾਂ 12 12 ਮਟਾ 2 ਤਾਂ ਸਾਡੇ ਕੋਲ ਆ ਗਿਆ 6ਵੀਂ ਮੱਧ ਕਿ 6ਵੀਂ ਮੱਧ ਦਾ ਆਕਾਰ ਜਿਹੜਾ ਉਹ ਮੀਡੀਅਨ ਹੈ ਮੱਧਿਅਕਾ ਹੈ ਅਤੇ ਇਸ ਤਰ੍ਹਾਂ ਹੀ ਜਿਹੜਾ ਅੱਗੇ ਅਖੰਡਿਤ ਲੜੀਆਂ ਦੇ ਵਿੱਚ ਇਹ 'ਚ ਅਸੀਂ ਪਲੱਸ ਨਹੀਂ ਕਰਦੇ 1 ਇਹ 'ਚ ਇਕੱਲਾ ਹੀ ਐਨ ਬਟਾ 2 ਕਰ ਲੈ ਜਾਂਦਾ ਅਤੇ ਸਾਨੂੰ ਮੱਧ ਦਾ ਪਤਾ ਲੱਗ ਜਾਂਦਾ ਵਿਚਕਾਰਲੀ ਮੱਧ ਦਾ ਇਹਦੇ 'ਚ ਹੈਗਾ ਕਿ ਜੇਕਰ ਉਹ ਅਖੰਡਿਤ ਲੜੀ ਹੋਵੇ ਤਾਂ ਫਿਰ ਅਸੀਂ ਉਹਨੂੰ ਇਸ ਤਰ੍ਹਾਂ ਜਿਹੜਾ ਉਹ ਪਤਾ ਕਰਦੇ ਹਾਂ ਇਹ ਸੂਤਰ ਹੈਗਾ ਉਸ ਤੋਂ ਬਾਅਦ ਬੱਚੇ ਆ ਜਾਂਦਾ ਕਿ ਚਤੁਰਥਕ ਜਿਹਨੂੰ ਕੁਆਰਟਾਈਲ ਕਹਿੰਦੇ ਆ Q1 Q3 ਇਹ ਵੀ Q1 ਜਿਹੜਾ ਹੈਗਾ ਤੁਸੀਂ ਦੇਖ ਲਓ ਕਿ N+1/4 ਇਹ ਚੌਥਾਈ ਹਿੱਸਾ ਹੈ ਚਤੁਰਥਕ ਤਾਂ ਹੀ ਕਿਹਾ ਇਹਨੂੰ ਚੌਥਾ ਹਿੱਸਾ ਹੈ ਅਤੇ ਕੁੱਲ ਮਦਾਂ ਦਾ ਚੌਥਾ ਹਿੱਸਾ ਜਿਹੜਾ ਕਿੰਨਾ ਹੋਏਗਾ ਆਪਾਂ ਜਿਵੇਂ ਪਹਿਲਾਂ ਦੇਖਿਆ ਸੀ 11+1=12 12/4 ਤਾਂ 3 ਆ ਜਾਏਗਾ ਤਾਂ ਤੀਜੀ ਮੱਧ ਜਿਹੜੀ ਹੋਗੀ ਉਹ ਪਹਿਲੇ ਕੁਆਟਰ ਵਿੱਚ ਹੋਵੇਗੀ ਤਾਂ ਜੇ ਉਹਨੂੰ ਅਸੀਂ ਤੀਜੀ ਮੱਧ ਨੂੰ 3 ਨਾਲ ਗੁਣਾ ਕਰ ਦਈਏ ਤਾਂ 9ਵੀਂ ਮੱਧ ਜਿਹੜੀ ਆ ਉਹ ਕੁਆਟਰ 3 'ਚ ਹੋਵੇਗੀ ਤਾਂ ਇਸ ਤਰ੍ਹਾਂ ਦੇ ਇਹ ਸੂਤਰ ਜਿਹੜੇ ਆ ਤੁਸੀਂ ਕੀਤੇ ਹੀ ਹੋਏ ਆ ਇਹ ਜਿਹੜੀਆਂ ਅਖੰਡਿਤ ਲੜੀਆਂ ਉਹਨਾਂ ਦੇ ਦਾ ਸੂਤਰ ਜਿਹੜਾ ਪਹਿਲਾਂ ਸਾਨੂੰ ਉਸ ਵਰਗ ਅੰਤਰ ਦਾ ਪਤਾ ਕਰਨਾ ਪੈਂਦਾ ਤਾਂ ਫਿਰ ਅਸੀਂ ਇਹ ਸੂਤਰ ਲਗਾ ਕੇ ਅਤੇ ਅਸੀਂ ਜਿਹੜਾ Q1 ਅਤੇ Q3 ਜਿਹੜਾ ਉਹ ਪਤਾ ਕਰਦੇ ਹਾਂ ਅਗਲਾ ਜਿਹੜਾ ਚੈਪਟਰ ਹੈਗਾ ਉਹ ਹੈਗਾ ਅਪਕਿਰਨ ਦੇ ਮਾਪ ਜਿਹੜੀਆਂ ਮਈਅਰ ਆਫ ਡਿਸਪਰਸ਼ਨ ਇਹਦੇ 'ਚ ਵਿਸਥਾਰ ਹੈ ਵਿਸਥਾਰ ਗੁਣਾਂਕ ਚਤੁਰਥ ਵਿਚਲਨ ਚਤੁਰਥ ਵਿਚਲਨ ਗੁਣਾਂਕ ਇਹ ਸਾਰੇ ਗੁਣਾਂਕ ਆ ਇਸ ਦੇ ਮੱਧ ਵਿਚਲਨ ਹੈ ਮੱਧ ਵਿਚਲਨ ਗੁਣਾਂਕ ਪਰਮਾਪ ਵਿਚਲਨ ਸਟੈਂਡਰਡ ਡਿਵੀਏਸ਼ਨ ਤਾਂ ਇਹਦਾ ਗੁਣਾਂਕ ਹੈ ਇੱਕ ਹੈ ਕਿ ਲਾਰੈਂਸ ਵਕਰ ਅਸੀਂ ਉਸਨੂੰ ਵਕਰ ਦੇ ਵਿੱਚ ਦਰਸਾਉਂਦੇ ਹਾਂ ਤਾਂ ਇਹ ਜਿਹੜੀਆਂ ਉਹ ਵਿਧੀਆਂ ਉਹਦੀਆਂ ਸਟੈਟ ਦੇ ਵਿੱਚ ਵਰਤੀਆਂ ਜਾਂਦੀਆਂ ਅੱਗੇ ਬੱਚੇ ਜੇ ਅਸੀਂ ਗੱਲ ਕਰੀਏ ਸਹਿ ਸੰਬੰਧ ਦੀ ਜਿਹਨੂੰ ਅਸੀਂ ਕਹਿੰਦੇ ਹਾਂ ਕੋਰਿਲੇਸ਼ਨ ਪਹਿਲੀ ਗੱਲ ਤਾਂ ਆਪਾਂ ਨੂੰ ਸਹਿ ਸੰਬੰਧ ਦੀ ਪਰਿਭਾਸ਼ਾ ਯਾਦ ਕਰ ਲਓ ਤੁਸੀਂ ਫਿਰ ਸਾਡੇ ਸਿਲੇਬਸ ਦੇ ਵਿੱਚ ਜਿਹੜਾ ਸਹਿ ਸੰਬੰਧ ਪਤਾ ਕਰਨਾ ਉਹ ਕਾਰਲ ਪੀਅਰਸਨ ਵਿਧੀ ਹੈਗੀ ਆ ਸਹਿ ਸੰਬੰਧ ਦਾ ਮਤਲਬ ਕੀ ਹੈਗਾ ਕਿ ਦੋ ਅੰਕੜਿਆਂ ਦਾ ਆਪਸ ਵਿੱਚ ਕੀ ਸੰਬੰਧ ਹੁੰਦਾ ਹੈਗਾ ਦੋ ਤਰ੍ਹਾਂ ਦੇ ਅੰਕੜੇ ਦਿੱਤੇ ਕੀ ਇਹਨਾਂ ਦਾ ਕੋਈ ਸੰਬੰਧ ਨਿਕਲਦਾ ਜਾਂ ਨਹੀਂ ਨਿਕਲਦਾ ਇਹਦਾ ਰਿਜ਼ਲਟ ਸਾਡਾ ਪੋਜ਼ਿਟਿਵ ਵੀ ਹੋ ਸਕਦਾ ਨੈਗੇਟਿਵ ਵੀ ਹੋ ਸਕਦਾ ਸੋ ਬੱਚੋ ਕੋਰਿਲੇਸ਼ਨ ਜਿਹੜਾ ਵਰਡ ਹੈਗਾ ਸਹਿ ਸੰਬੰਧ ਅਸੀਂ ਉਹਨੂੰ ਆਰ ਨਾਲ ਦਰਸਾਉਂਦੇ ਹਾਂ
दो तरह के अंकड़े एक्स ते वाई इन्हां दा असीं सिगमा कीता, इस तो बाद इहदे वाई मल्टीप्लाई करके फिर सिगमा करना। उस तो बाद इम्पोर्टेंट गल जिहड़ी हैगी आ उह थल्ले देखो एक्स स्क्वेयर मल्टीप्लाई बाय वाई स्क्वेयर। पहला तुसीं इन्हां दा स्क्वेयर करो दोनों दा, एक्स दा वी वाई दा वी, फिर आपस विच मल्टीप्लाई करके फिर एदा सिगमा करना, फिर साडे रिजल्ट निकल आंगे। सो ए सी साडा बच्चो सह संबंध। उस तो बाद सूचकांक जिन्हू असी इंडेक्स नंबर भी कहने, सूचकांक नू असी पी नॉट वन नाल दर्शाने, सिगमा पी वन बटा सिगमा पी नॉट मल्टीप्लाई बाय 100। जिहड़ा पी नॉट है ए प्राइस कीमतां दित्तियां हुंदियां वस्तुआं दियां वख वख दियां, ए नॉट वाली जिहड़ी आधार कीमत दित्ती होवे आधार वरा दित्ता होवे उहनू असी पी नॉट नाल करदे आ हमेशा थल्ले रखदे आ, ते जिहड़ा दूसरा जिहदा चालू वरा होवे उहनू असी पी वन नाल करदे आ। सो बच्चे इहदा मतलब हुंदा कि आधार वरे दियां कीमतां नाल वर्तमान जिहड़ियां हैगियां चालू वरी दी कीमतां ते की असर पैंदा उहनू असी सूचकांक नाल करदे आ। ए सी साडा बच्चो स्टैट दा पार्ट। इस तो बाद जिहड़ी असीं तुहानूं शुरू विच वी गल कीती सी कि इक प्रोजेक्ट रिपोर्ट हुंदी है, ओह प्रोजेक्ट रिपोर्ट हुण तक तुसीं बना ली होएगी। तुहानूं तुहाडे सिलेबस विच चार प्रोजेक्ट सीगे, परिवारां विच उपभोगी जागरूकता, तुहाडे गुआंढ संस्था विच डेमोग्राफिक ढांचा, तुहाडे बाजार विच सब्जियां दियां बदलदियां कीमतां अते दुद्ध सहकारी सभावां दा अध्ययन। इन्हां तो बिना तुसी अपने अध्यापक सहबान दी अगवाई हेठ कोई होर प्रोजेक्ट भी लै सकदे सी। हुण तक इहदे असीं कई तुहानूं तरीके दस चुके हां कि सब तो पहला किसी प्रोजेक्ट रिपोर्ट लई असीं प्रश्नावली दी डिजाइनिंग करदे हां, फिर उहदा इक सैंपल चूज करदे कि किन्ने परिवारां दा असीं सैंपल चूज करना, किन्ने पेंडू परिवार लैणे आ, किन्ने शहरी परिवार लैणे आ, फिर उहनां अंकड़िआं दे इकट्ठे करन नूं असीं अंकड़िआं दा संकलन कहिंदे आ। उस तो बाद अंकड़िया का विवस्थितीकरण करदे आ, मिलान रेखावां राहीं करदे आ, अंकड़िया नूं पेशीकरण किस तरीके नाल पेश कीता जांदा हैगा, कि अंकड़िया दी असीं जिहड़ियां सारनी बनाउने आ कि किस तरीके नाल पेश करदे आ, अंत विच असीं उहदा नतीजा कढ़दे आ, अंकड़िया दा विश्लेषण करदे आ प्रतिशत दे विच जां औसत दे विच, ते लास्ट विच अंकड़िया दा निर्वचन करदे आ। इस तरीके नाल साडी प्रोजेक्ट रिपोर्ट तैयार होगी होएगी तुहाडे कोल। ਤੁਸੀਂ ਬੱਚੋ ਇਹ 10 ਨੰਬਰ ਦੀ ਪ੍ਰੋਜੈਕਟ ਰਿਪੋਰਟ ਆ, ਅਧਿਆਪਕ ਸਹਿਬਾਨ ਤੁਹਾਡੇ ਇੱਕ ਦਿਨ ਰੱਖਣਗੇ ਤੁਹਾਡਾ, ਉਹਨਾਂ ਨੂੰ ਤੁਸੀਂ ਇਹ ਪ੍ਰੋਜੈਕਟ ਰਿਪੋਰਟ ਦਿਓਗੇ, ਤੇ ਨਾਲ ਦੀ ਨਾਲ ਉਹ ਤੁਹਾਡੇ ਕੋਲ ਇੱਕ ਵਾਈਵੇ ਦੀ ਫਾਰਮ ਪ੍ਰੈਕਟੀਕਲ ਦੇ ਫਾਰਮ ਦੇ ਵਿੱਚ ਕੁਝ ਕੁਐਸਚਨ ਪੁੱਛਣਗੇ ਕਿ ਕੀ ਇਹ ਪ੍ਰੋਜੈਕਟ ਰਿਪੋਰਟ ਤੁਸੀਂ ਕਿਸ ਤਰੀਕੇ ਨਾਲ ਤਿਆਰ ਕੀਤੀ, ਕਿਸ ਤਰੀਕੇ ਨਾਲ ਜਾ ਕੇ ਇਹ ਡਾਟੇ ਇਕੱਠੇ ਕੀਤੇ। ਸੋ ਇਹ ਪ੍ਰੋਜੈਕਟ ਰਿਪੋਰਟ ਤੁਸੀਂ ਅਧਿਆਪਕ ਸਹਿਬਾਨ ਕੋਲ ਜਮ੍ਹਾਂ ਕਰਾ ਕੇ ਆਪਣੇ 10 ਨੰਬਰ ਦੇ ਹੱਕਦਾਰ ਬਣ ਜਾਂਦੇ ਹੋ। ਇਸ ਤੋਂ ਬਾਅਦ ਬੱਚਿਓ ਸਾਡਾ ਸ਼ੁਰੂ ਹੁੰਦਾ ਹੈ ਭਾਗ 2, ਸਟੈਟ ਖਤਮ ਹੋ ਗਈ, ਸਾਡਾ ਪ੍ਰੋਜੈਕਟ ਵਰਕ ਖਤਮ ਹੋ ਗਿਆ, ਹੁਣ ਅਸੀਂ ਭਾਗ 2 ਤੇ ਆਨੇ ਆ, ਭਾਰਤੀ ਅਰਥ ਵਿਵਸਥਾ ਦਾ ਵਿਕਾਸ। ਹਾਂਜੀ, ਇਹਦੇ ਚ ਦੋ ਤਰ੍ਹਾਂ ਦੇ ਕੁਐਸਚਨ ਹੈਗੇ, ਇੱਕ ਤਾਂ ਭਾਰਤ ਸਮੁੱਚੇ ਭਾਰਤ ਦੀ ਅਰਥ ਵਿਵਸਥਾ ਦੇ ਨਾਲ ਸੰਬੰਧਿਤ ਆ, ਤੇ ਕੁਝ ਸਾਡੇ ਪੰਜਾਬ ਦੇ ਨਾਲ ਵੀ ਸੰਬੰਧਿਤ ਹੈਗੇ ਆ। ਤਾਂ ਆਪਾਂ ਸੰਖੇਪ ਦੇ ਵਿੱਚ ਇਹਨਾਂ ਵੀ ਇੰਪੋਰਟੈਂਟ ਕੁਐਸਚਨ ਬਾਰੇ ਗੱਲ ਕਰਦੇ ਹਾਂ। ਜਿਵੇਂ ਪਹਿਲਾ ਹੀ ਚੈਪਟਰ ਜਿਹੜਾ ਹੈਗਾ ਉਹ ਸੁਤੰਤਰਤਾ ਦੇ ਸਮੇਂ ਭਾਰਤੀ ਅਰਥ ਵਿਵਸਥਾ ਦੀ ਸਥਿਤੀ ਕਿਸ ਤਰ੍ਹਾਂ ਦੀ ਸੀ, ਇਹਦੇ ਵਿੱਚ ਇਹ ਹੈਗਾ ਕਿ ਉਸ ਸਮੇਂ ਦੀ ਅਰਥ ਵਿਵਸਥਾ ਗਤੀਹੀਨ ਸੀ, ਪਛੜੀ ਹੋਈ ਸੀ, ਵਸੋਂ ਦੀ ਸਮੱਸਿਆ ਸੀ, ਇਸ ਤਰ੍ਹਾਂ ਹੀ ਜਿਹੜੀ ਆ ਖੇਤੀ ਪ੍ਰਧਾਨ ਅਰਥ ਵਿਵਸਥਾ ਸੀ, ਉਸ ਸਮੇਂ ਉਦਯੋਗਿਕ ਜਿਹੜਾ ਉਹ ਪਿਛੜਾਪਨ ਸੀ। ਤਾਂ ਇਹ ਸਾਰੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਤੁਸੀਂ ਬੱਚਿਓ ਕਰ ਚੁੱਕੇ ਹੋਗੇ ਕਿਉਂਕਿ ਪਹਿਲਾ ਹੀ ਚੈਪਟਰ ਹੈਗਾ, ਤਾਂ ਇਹ ਇੰਪੋਰਟੈਂਟ ਕੁਐਸਚਨ ਜਿਹੜਾ ਇਸ ਪ੍ਰੀਖਿਆ ਦੇ ਪੱਖ ਤੋਂ ਜਿਹੜਾ ਉਹ ਬਣਦਾ। ਅਤੇ ਅਗਲਾ ਦੂਸਰਾ ਚੈਪਟਰ ਜਿਹੜਾ ਸਾਡਾ ਹੈ ਉਹ 5 ਸਾਲਾ ਯੋਜਨਾਵਾਂ ਵਾਲਾ, ਕਿ 5 ਸਾਲਾ ਯੋਜਨਾਵਾਂ ਇਹਨਾਂ ਦੇ ਉਦੇਸ਼ ਕੀ ਸੀ, ਇਹਨਾਂ ਦੀਆਂ ਸਫਲਤਾਵਾਂ ਕਿਹੜੀਆਂ ਕਿਹੜੀਆਂ ਹੋਈਆਂ, ਅਤੇ ਕਿੱਥੇ ਕਿੱਥੇ ਇਹ ਯੋਜਨਾਵਾਂ ਅਸਫਲ ਵੀ ਰਹਿ ਗਈਆਂ, ਇਹਦੇ ਬਾਰੇ ਕੁਐਸਚਨ ਜਿਹੜੇ ਆ ਉਹ ਬਣਦੇ ਆ, ਇਹ ਤੁਸੀਂ ਤਿਆਰ ਕਰ ਸਕਦੇ ਹੋ। ਤੀਸਰਾ ਚੈਪਟਰ ਜਿਹੜਾ ਹੈਗਾ ਉਹ ਖੇਤੀ ਨਾਲ ਸੰਬੰਧਿਤ ਆ, ਖੇਤੀ ਦੀਆਂ ਵਿਸ਼ੇਸ਼ਤਾਵਾਂ, ਸਮੱਸਿਆਵਾਂ ਅਤੇ ਨੀਤੀਆਂ, ਤਾਂ ਇਹਦਾ ਜਿਹੜੀ ਇੰਪੋਰਟੈਂਸ ਕੀ ਆ, ਮਹੱਤਤਾ ਕੀ ਆ ਖੇਤੀ ਦੀ ਸਾਡੀ ਅਰਥ ਵਿਵਸਥਾ ਦੇ ਵਿੱਚ, ਅਤੇ ਇਹਦਾ ਪਛੜਾਪਨ ਕਿਉਂ ਆ, ਅਤੇ ਉਸਨੂੰ ਉਹਦਾ ਕਾਰਨ ਕੀ ਆ ਉਹਦਾ ਪਛੜੇਪਣ ਦਾ, ਅਤੇ ਉਹਨੂੰ ਦੂਰ ਕਰਨ ਦੇ ਅਸੀਂ ਕਿਹੜੇ ਉਪਾਅ ਜਿਹੜੇ ਆ ਅਪਣਾ ਸਕਦੇ ਹਾਂ, ਅਤੇ ਸਰਕਾਰ ਵੱਲੋਂ ਖੇਤੀ ਦੇ ਵਿਕਾਸ ਲਈ ਕਿਹੜੇ ਕਿਹੜੇ ਜਿਹੜੇ ਉਪਾਅ ਉਹ ਕੀਤੇ ਜਾ ਰਹੇ ਆ, ਇਹਨਾਂ ਬਾਰੇ ਇੰਪੋਰਟੈਂਟ ਕੁਐਸਚਨ ਜਿਹੜੇ ਆ ਉਹ ਪ੍ਰੀਖਿਆ ਦੇ ਪੱਖ ਤੋਂ ਬਣਦੇ ਆ। ਅਗਲਾ ਚੈਪਟਰ ਜਿਹੜਾ ਹੈਗਾ ਉਹ ਉਦਯੋਗ ਬਾਰੇ ਆ, ਉਦਯੋਗਾਂ ਦੀਆਂ ਵਿਸ਼ੇਸ਼ਤਾਵਾਂ, ਸਮੱਸਿਆਵਾਂ, ਇਹ ਭਾਰਤੀ ਪੱਧਰ ਦੇ ਉੱਤੇ ਆ, ਭਾਰਤੀ ਅਰਥ ਵਿਵਸਥਾ ਦੀ ਗੱਲ ਆ ਇਹਦੇ ਵਿੱਚ, ਕਿ ਉਦਯੋਗਾਂ ਦੇ ਵਿਕਾਸ ਦਾ ਮਹੱਤਵ ਕੀ ਹੈ, ਅਤੇ ਇਹਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ,
ਤੇ ਇਹਨੂੰ ਦੂਰ ਕਰਨ ਦੇ ਕਿਹੜੇ ਉਪਾਅ, ਸਰਕਾਰ ਵੱਲੋਂ ਕਿਹੜੇ ਯਤਨ ਕੀਤੇ ਜਾ ਰਹੇ ਆ, ਨਵੀਂ ਉਦਯੋਗਿਕ ਨੀਤੀ ਜਿਹੜੀ 1991 ਦੀ, ਇਹਦੇ ਬਾਰੇ ਵੀ ਜਿਹੜੇ ਇੰਪੋਰਟੈਂਟ ਕੁਐਸਚਨ ਬਣਦੇ ਆ। ਅਗਲਾ ਚੈਪਟਰ ਹੈਗਾ ਵਿਦੇਸ਼ੀ ਵਪਾਰ ਦਾ, ਕਿ ਆਜ਼ਾਦੀ ਤੋਂ ਬਾਅਦ ਵਿਦੇਸ਼ੀ ਵਪਾਰ ਦੀ ਜਿਹੜੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਰਹੀਆਂ ਅਤੇ ਇਹਦੀ ਦਿਸ਼ਾ ਕਿਸ ਤਰ੍ਹਾਂ ਦੀ, ਮਤਲਬ ਕਿ ਜਿਵੇਂ ਆਯਾਤ ਅਤੇ ਨਿਰਯਾਤ ਕਰਦੇ ਹਾਂ, ਕਿਹੜੇ ਦੇਸ਼ਾਂ ਨੂੰ ਅਸੀਂ ਨਿਰਯਾਤ ਕਰਦੇ ਹਾਂ, ਕਿਹੜੇ ਦੇਸ਼ਾਂ ਤੋਂ ਅਸੀਂ ਆਯਾਤ ਕਰ ਮੰਗਵਾਉਂਦੇ ਹਾਂ, ਚੀਜ਼ਾਂ ਮੰਗਵਾਉਂਦੇ ਹਾਂ ਅਤੇ ਭੇਜਦੇ ਹਾਂ, ਇਹਦੀ ਦਿਸ਼ਾ ਕਿਸ ਤਰ੍ਹਾਂ ਦੀ ਆ, ਆਜ਼ਾਦੀ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਸੀ, ਆਜ਼ਾਦੀ ਤੋਂ ਬਾਅਦ ਕਿਸ ਤਰ੍ਹਾਂ ਦੀ ਆ। ਤਾਂ ਅਗਲਾ ਜਿਹੜਾ ਚੈਪਟਰ ਹੈ ਉਹ ਨਵੀਂ ਉਦਯੋਗਿਕ ਨੀਤੀ ਦਾ ਹੈ 1991 ਦੀ ਦਾ। ਤਾਂ ਇਹ ਆਰਥਿਕ ਸੁਧਾਰਾਂ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ ਇਨ 1991 ਦੇ ਸੁਧਾਰਾਂ ਨੂੰ। ਤਾਂ ਇਹਦੇ ਤਿੰਨ ਪਾਰਟ ਜਿਹੜੇ ਮੇਨ ਹੈਗੇ ਆ, ਉਧਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ। ਇਹਦੇ 'ਤੇ ਵੀ ਕੁਐਸਚਨ ਜਿਹੜੇ ਆ ਉਹ ਐਗਜ਼ਾਮੀਨੇਸ਼ਨ 'ਚ ਪੁੱਛੇ ਜਾ ਸਕਦੇ ਆ। ਕਈ ਵਾਰ ਛੋਟਾ ਕੁਐਸਚਨ ਵੀ ਆ ਜਾਂਦਾ ਬੱਚਿਆਂ ਨੂੰ ਲਿਖਣ ਵਾਸਤੇ ਕਿ ਬੱਚਿਓ LPG ਦੀ ਫੁੱਲ ਫੋਰਮ ਲਿਖੋ, ਤਾਂ ਉਹ ਬੱਚੇ ਆਪਣੇ ਸਾਇੰਸ ਦੇ ਵਿੱਚ ਜਿਹੜਾ ਪੜ੍ਹਿਆ ਹੋਇਆ LPG ਆ ਉਸੇ ਨੂੰ ਲਿਖ ਦਿੰਦੇ ਆ। ਬੱਚਿਓ ਇਹਦਾ ਮਤਲਬ ਇੱਥੇ ਅਰਥ ਸ਼ਾਸਤਰ ਦੇ ਵਿੱਚ ਹੈ, L ਦਾ ਮਤਲਬ ਆ ਉਧਾਰੀਕਰਨ, ਲਿਬਰਲਾਈਜੇਸ਼ਨ, P ਹੈ ਪ੍ਰਾਈਵੇਟਾਈਜੇਸ਼ਨ ਨਿੱਜੀਕਰਨ, ਅਤੇ G ਹੈ ਗਲੋਬਲਾਈਜੇਸ਼ਨ ਵਿਸ਼ਵੀਕਰਨ। ਸੋ ਇਹ ਜਿਹੜਾ ਇਹਦੇ ਤੋਂ ਜਿਹੜੀ ਇਹਦੀ ਫੁੱਲ ਫੋਰਮ ਇਹ ਬਣਦੀ ਹੈ। ਤਾਂ ਉਸ ਤੋਂ ਬਾਅਦ ਚੈਪਟਰ ਆਉਂਦਾ ਗਰੀਬੀ ਅਤੇ ਗਰੀਬੀ ਦੇ ਕਾਰਨ ਅਤੇ ਇਹਨਾਂ ਨੂੰ ਦੂਰ ਕਰਨ ਲਈ ਸੁਝਾਅ ਕਿਹੜੇ ਆ। ਫਿਰ ਪੇਂਡੂ ਵਿਕਾਸ, ਪੇਂਡੂ ਵਿੱਤ ਅਤੇ ਉਹਦੀ ਸਾਖ ਦੀਆਂ ਜਿਹੜੀਆਂ ਸਮੱਸਿਆਵਾਂ ਅਤੇ ਉਹਦੇ ਹੱਲ ਲਈ ਕੀ ਸੁਝਾਅ ਦਿੱਤੇ ਜਾ ਸਕਦੇ ਆ। ਉਸ ਤੋਂ ਬਾਅਦ ਮਾਰਕੀਟਿੰਗ ਜਿਹੜੀ ਆ, ਵਿਪਣਨ ਜਿਹੜੀ ਆ, ਕਿਉਂਕਿ ਭਾਰਤ ਖੇਤੀ ਪ੍ਰਧਾਨ ਦੇਸ਼ ਆ ਅਤੇ ਖੇਤੀ ਦੀਆਂ ਜਿਹੜੀਆਂ ਵਿਕਰੀ ਦੀਆਂ ਸਮੱਸਿਆਵਾਂ ਅਤੇ ਉਹਨਾਂ ਨੂੰ ਦੂਰ ਕਿਵੇਂ ਜਾ ਸਕਦਾ, ਮੰਡੀਕਰਨ ਕੀ ਆ, ਇਹਦੇ ਬਾਰੇ ਜਿਹੜੀ ਆ ਇਹਦੇ ਬਾਰੇ ਗੱਲ ਹੋ ਸਕਦੀ ਆ। ਉਸ ਤੋਂ ਬਾਅਦ ਬੱਚਿਓ ਇਹ ਬੜੇ ਸੌਖੇ ਜਿਹੇ ਪਿਛਲੇ ਲੈਸਨ ਹੈਗੇ ਤੁਹਾਡੇ ਕਿ ਭਾਰਤ ਵਿੱਚ ਸਿੱਖਿਆ ਦੀ ਸਥਿਤੀ ਕੀ ਹੈ, ਸਿਹਤ ਦੀ ਸਥਿਤੀ ਕੀ ਹੈ, ਇਹਦੀਆਂ ਕੀ ਕੀ ਚੁਣੌਤੀਆਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ, ਇਸ ਤਰ੍ਹਾਂ ਦੇ ਸੌਖੇ ਕੁਐਸਚਨ ਆ ਸਕਦੇ ਆ। ਬੜਾ ਹੀ ਇੰਪੋਰਟੈਂਟ, ਭਾਰਤ ਵਿੱਚ ਬੇਰੁਜ਼ਗਾਰੀ ਕਿਉਂ ਹੈ, ਇਹਦੇ ਵਧਣ ਦੇ ਕਾਰਨ ਕੀ ਹੈ, ਜੇ ਬੱਚੇ ਇਹਨਾਂ ਦੇ ਕਾਰਨ ਹੈਗੇ ਆ, ਵਧੀ ਹੈਗੇ ਆ, ਤੇ ਇਹਦੇ ਕੁਝ ਸੁਝਾਅ ਵੀ ਹੋਣਗੇ, ਉਹਨਾਂ ਸੁਝਾਵਾਂ ਨੂੰ ਵੀ ਜ਼ਰੂਰ ਯਾਦ ਕਰ ਲਓ। ਭਾਰਤ ਦੇ ਭੌਤਿਕ ਸਾਧਨ, ਪੰਜਾਬ ਦੇ ਭੌਤਿਕ ਸਾਧਨ ਜਿਸ ਤਰ੍ਹਾਂ ਕਿ ਕੁਦਰਤੀ ਸਾਧਨ ਹੁੰਦੇ ਆ, ਉਸ ਤੋਂ ਬਾਅਦ ਜੰਗਲ ਸੰਪਤੀ, ਜੰਗਲਾਂ ਦੇ ਲਾਭ, ਊਰਜਾ ਦੇ ਸਾਧਨ, ਪੰਜਾਬ ਦੀ ਵਣ ਨੀਤੀ ਬਹੁਤ ਇੰਪੋਰਟੈਂਟ ਕੁਐਸਚਨ ਆ, ਤੁਹਾਨੂੰ ਆ ਸਕਦਾ। ਪੰਜਾਬ ਦੇ ਮਨੁੱਖੀ ਸ਼ਕਤੀ ਸਾਧਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਯਾਦ ਕਰੋ। ਇਹਦੇ 'ਚ ਬੜਾ ਇੱਕ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਬੱਚੇ ਅਕਸਰ ਗਲਤ ਕਰ ਲੈਂਦੇ ਆ। ਇਹਦੇ 'ਚ ਜਨਸੰਖਿਆ ਦਾ ਆਕਾਰ ਹੈ, ਜਨਮ ਦਰ ਹੈ, ਮੌਤ ਦਰ ਦਿੱਤੀ ਹੋਈ ਹੈ, ਇਸਤਰੀ ਪੁਰਖ ਅਨੁਪਾਤ ਤੇ ਸਾਖਰਤਾ ਅਨੁਪਾਤ। ਦੇਖੋ ਜਨਮ ਦਰ, ਮੌਤ ਦਰ, ਇਸਤਰੀ ਪੁਰਖ ਅਨੁਪਾਤ ਸਾਰੇ 1000 ਦੇ ਵਿੱਚੋਂ 1000 ਪਿੱਛੇ ਕਿੰਨੇ, ਜਦਕਿ ਸਾਖਰਤਾ ਅਨੁਪਾਤ ਹੈਗਾ ਉਹ ਪ੍ਰਤੀਸ਼ਤ 100 ਪਿੱਛੇ ਕਿੰਨੇ। ਇਸ ਕਰਕੇ ਸ਼ਾਰਟ ਕੁਐਸਚਨ ਆਨਸਰ ਦੇ ਵਿੱਚ ਇਹ ਪੁਆਇੰਟ ਜਿਹੜਾ ਤੁਹਾਨੂੰ ਆ ਸਕਦਾ ਹੈ। ਪੰਜਾਬ ਵਿੱਚ ਖੇਤੀ ਦਾ ਵਿਕਾਸ ਹੈ 1996 ਤੋਂ, ਪੰਜਾਬ ਦੀ ਖੇਤੀ ਵਿਕਾਸ ਦੀਆਂ ਮੁੱਖ ਵਿਸ਼ੇਸ਼ਤਾਵਾਂ। ਹਰੀ ਕ੍ਰਾਂਤੀ ਦੀਆਂ ਸਫਲਤਾਵਾਂ ਵੀ ਹੈ ਤੇ ਹਰੀ ਕ੍ਰਾਂਤੀ ਦੀਆਂ ਅਸਫਲਤਾਵਾਂ ਵੀ ਹੈ, ਦੋਨੋਂ ਹੀ ਕੁਐਸਚਨ ਜਿਹੜੇ ਤੁਸੀਂ ਯਾਦ ਕਰ ਲਓ। ਪੰਜਾਬ ਵਿੱਚ ਉਦਯੋਗਿਕ ਵਿਕਾਸ ਵਿੱਚ ਚੱਲੀਏ ਤਾਂ ਛੋਟੇ ਪੈਮਾਨੇ ਦੇ ਉਦਯੋਗ ਜਿਹੜੇ ਉਹਨਾਂ ਦੀਆਂ ਕੀ ਸਮੱਸਿਆਵਾਂ ਆਉਂਦੀਆਂ ਤੇ ਪੰਜਾਬ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਕੀ ਹੈਗੀ ਹੈ। ਇਸ ਤੋਂ ਬਾਅਦ ਸਰਵਜਨਕ ਵਿੱਤ ਵਿੱਚ ਪੰਜਾਬ ਸਰਕਾਰ ਦੀ ਆਮਦਨ ਤੇ ਖਰਚਰ ਦਾ ਬਿਊਰਾ, ਉਹ ਕਿੱਥੋਂ ਕਿੱਥੋਂ ਹੁੰਦਾ, ਆਮਦਨ ਦੇ ਸਰੋਤ ਮੁੱਖ ਕਿਹੜੇ ਆ ਤੇ ਸਰਕਾਰ ਜਿਹੜੀ ਖਰਚਾ ਕਿੱਥੇ ਕਰਦੀ ਆ। ਤੇ ਲਾਸਟ ਜਿਹੜਾ ਤੁਹਾਡਾ ਲੈਸਨ ਹੈ, ਪੰਜਾਬ ਵਿੱਚ ਆਰਥਿਕ ਨਿਯੋਜਨ, ਜਿਹਦੇ ਵਿੱਚ ਅਸੀਂ ਆਰਥਿਕ ਨਿਯੋਜਨ ਦੇ ਉਦੇਸ਼ ਪੁੱਛੇ ਜਾ ਸਕਦੇ ਆ, ਉਹਦੀਆਂ ਪ੍ਰਾਪਤੀਆਂ ਪੁੱਛੀਆਂ ਜਾ ਸਕਦੀਆਂ, ਅਸਫਲਤਾਵਾਂ ਤੇ ਕੁਐਸਚਨ ਆਉਂਦਾ। ਸੋ ਬੱਚਿਓ ਜੇ ਤੁਸੀਂ ਇਹਨਾਂ ਕੁਐਸਚਨਾਂ ਨੂੰ ਚੰਗੀ ਤਰ੍ਹਾਂ ਕਰੋ ਤਾਂ ਮੈਨੂੰ ਆਸ ਹੈ ਕਿ ਤੁਸੀਂ ਇਹਦੇ ਵਿੱਚ ਜ਼ਰੂਰ ਸਫਲਤਾ ਪ੍ਰਾਪਤ ਕਰੋਗੇ ਤੇ ਬਹੁਤ ਹੀ ਵਧੀਆ ਆਪਣੇ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਹੱਲ ਕਰ ਸਕਦੇ ਹੋ। ਅੱਜ ਦੇ ਆਪਾਂ ਚੈਪਟਰ ਦੇ ਵਿੱਚ ਬੱਚਿਆਂ ਨੂੰ ਇੱਕ ਵਾਰੀ ਫਿਰ ਆਪਾਂ ਦੱਸ ਦਈਏ ਕਿ ਆਪਾਂ ਜੋ ਅੱਜ ਇਹਦੇ ਵਿੱਚ ਦੇਖਿਆ, ਇੱਕ ਤਾਂ ਆਪਾਂ ਜਿਹੜਾ ਸਟਰਕਚਰ ਹੈ ਪ੍ਰਸ਼ਨ ਪੱਤਰ ਦਾ, ਉਹ ਨਮੂਨੇ ਬਾਰੇ ਆਪਾਂ ਗੱਲ ਕੀਤੀ ਆ। ਉਮੀਦ ਆ ਕਿ ਬੱਚਿਆਂ ਨੂੰ ਇਹਦੇ ਬਾਰੇ ਜਿਹੜੀ ਉਹ ਸਮਝ ਲੱਗ ਗਈ ਹੋਵੇਗੀ, ਕਿਉਂਕਿ ਇਸੇ ਤਰੀਕੇ ਦੇ ਨਾਲ ਹੀ ਉਹਨਾਂ ਨੇ ਜਾ ਕੇ ਜਿਹੜਾ ਫਾਈਨਲ ਪ੍ਰੀਖਿਆ ਦੇ ਵਿੱਚ ਹਾਜ਼ਰ ਹੋਣਾ ਅਤੇ ਵਧੀਆ ਤਰੀਕੇ ਦੇ ਨਾਲ ਪੇਪਰ ਜਿਹੜਾ ਉਹ ਕਰਨਾ। ਉਸ ਤੋਂ ਬਾਅਦ ਗੱਲ ਕੀਤੀ ਹੈ ਕਿ ਜਿਹੜੇ ਇੰਪੋਰਟੈਂਟ ਕੁਐਸਚਨ ਆ, ਉਮੀਦ ਆ ਕਿ ਬੱਚਿਆਂ ਨੇ ਨੋਟ ਕੀਤੇ ਹੋਣੇ ਆ ਅਤੇ ਉਹਨਾਂ ਵੱਲ ਖਾਸ ਧਿਆਨ ਦੇਣਾ। ਵੈਸੇ ਤਾਂ ਅਧਿਆਪਕ ਸਾਹਿਬਾਨ ਵੱਲੋਂ ਜਿੰਨਾ ਵੀ ਸਿਲੇਬਸ ਜਿਹੜਾ ਉਹ ਤੁਹਾਨੂੰ ਕਰਵਾਇਆ ਗਿਆ ਉਹ ਸਾਰੇ 'ਤੇ ਹੀ ਤੁਸੀਂ ਧਿਆਨ ਦੇਣਾ, ਪਰ ਜਿਹੜੇ ਇਹ ਇੰਪੋਰਟੈਂਟ ਕੁਐਸਚਨ ਹੈਗੇ ਆ ਉਹਨਾਂ ਵੱਲ ਵਿਸ਼ੇਸ਼ ਤੌਰ 'ਤੇ ਜਿਹੜਾ ਉਹ ਜੇ ਧਿਆਨ ਦੇਵੋਗੇ ਤਾਂ ਤੁਸੀਂ ਪ੍ਰੀਖਿਆ ਦੇ ਵਿੱਚ ਬਹੁਤ ਅੱਛੇ ਜਿਹੜੇ ਉਹ ਨੰਬਰ ਆ ਉਹ ਪ੍ਰਾਪਤ ਕਰ ਸਕਦੇ ਹੋ। ਅਤੇ ਉਮੀਦ ਆ ਕਿ ਬੱਚਿਆਂ ਨੂੰ ਇਹਨਾਂ ਗੱਲਾਂ ਦੀਆਂ ਜਿਹੜੀ ਸਾਰੀ ਸਮਝ ਲੱਗ ਗਈ ਹੋਵੇਗੀ, ਬੱਚਿਆਂ ਨੇ ਨੋਟ ਕਰ ਲਿਆ ਹੋਵੇਗਾ ਅਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਜਿਹੜੀ ਆ ਫਾਈਨਲ ਐਗਜ਼ਾਮੀਨੇਸ਼ਨ ਜਿਹੜੀ ਆ ਉਹਦੀ ਤਿਆਰੀ ਕਰਨਗੇ ਅਤੇ ਬਹੁਤ ਅੱਛੇ ਨੰਬਰ ਜਿਹੜੇ ਉਹ ਲੈ ਕੇ ਪਾਸ ਹੋਣਗੇ। ਸੋ ਉਮੀਦ ਆ ਕਿ ਬੱਚੇ ਜਿਹੜੇ ਆ ਉਹ ਬਹੁਤ ਹੀ ਚੰਗੇ ਨੰਬਰਾਂ ਦੇ ਨਾਲ ਜਿਹੜੇ ਉਹ ਸਫਲ ਹੋਣਗੇ।
ਸੋ ਬੱਚਿਓ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹੈ, ਆਲ ਦਾ ਬੈਸਟ। ਥੈਂਕ ਯੂ।